ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ ਪੰਜਾਬੀ ਟਰੈਕਿੰਗ 360 ਦੇ ਪਲੈਟਫਾਰਮ ਤੋਂ ਇੱਕ ਹੋਰ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ। ਔਰ ਇਹ ਸਾਡੀ ਟਰੈਕਿੰਗ ਇੰਡਸਟਰੀ ਦੇ ਵਿੱਚ ਬਹੁਤ ਦੇਰ ਤੋਂ ਕੰਮ ਕਰਦੇ ਆ ਰਹੇ ਆ, ਜਿਵੇਂ ਕਿ ਕਹੀਏ 1998 ਤੋਂ। ਅਤੇ ਇਹਨਾਂ ਨੇ ਹਰ ਪੱਖੋਂ ਟਰੈਕਿੰਗ ਇੰਡਸਟਰੀ ਨੂੰ ਦੇਖਿਆ ਹੈਗਾ, ਚਾਹੇ ਉਹ ਟਰੱਕ ਡਰਾਈਵਿੰਗ ਹੈਗੀ ਆ, ਚਾਹੇ ਉਹ ਟਰੈਕਿੰਗ ਕੰਪਨੀ ਹੈਗੀ ਆ, ਚਾਹੇ ਉਹ ਬ੍ਰੋਕਰੇਜ ਸਾਈਡ ਹੈਗੀ ਆ। ਅਤੇ ਅੱਜ ਬੜਾ ਹੀ ਵਧੀਆ ਲੱਗ ਰਿਹਾ ਤੁਹਾਡੇ ਨਾਲ ਇੰਟਰੋਡਕਸ਼ਨ ਕਰਕੇ। ਮੇਰੀ ਮੁਰਾਦ ਪਰਮਪ੍ਰੀਤ ਪੰਨੂ ਭਾਅ ਜੀ ਦੇ ਨਾਲ ਆ। ਅਸੀਂ ਕਾਫੀ ਦੇਰ ਤੋਂ ਜਾਣਦੇ ਹੈਗੇ ਇੱਕ ਦੂਜੇ ਨੂੰ। ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਮਨ ਭਾਈ, ਸਤਿ ਸ਼੍ਰੀ ਅਕਾਲ। ਟਰੈਕਿੰਗ 360 ਨਾਲ ਜੁੜੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਅਤੇ ਟਰੈਕਿੰਗ ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ ਭਾਅ ਜੀ। ਅਤੇ ਭਾਅ ਜੀ, ਆਪਾਂ ਜਿੱਦਾਂ ਕਿ ਤੁਸੀਂ ਕਾਫੀ ਦੇਰ ਤੋਂ ਇਸ ਇੰਡਸਟਰੀ ਨਾਲ ਜੁੜੇ ਹੈਗੇ ਆ ਔਰ ਕਾਫੀ ਦੇਰ ਤੋਂ ਇਸ ਇੰਡਸਟਰੀ ਨੂੰ ਦੇਖ ਰਹੇ ਆ, ਕਲੋਜ਼ਲੀ ਦੇਖ ਰਹੇ ਆ, ਔਰ ਮੇਰੇ ਖਿਆਲ ਦੇ ਵਿੱਚ ਬਹੁਤ ਘੱਟ ਜਿਹੜੇ ਇੰਡਸਟਰੀ ਦੇ ਵਿੱਚ ਲੋਕ ਹੁੰਦੇ, ਉਹਨਾਂ ਨੂੰ ਹਰ ਐਂਗਲ ਤੋਂ ਇੰਡਸਟਰੀ ਨੂੰ ਦੇਖਣ ਦਾ ਮੌਕਾ ਮਿਲਦਾ। ਮੇਰੀ ਮੁਰਾਦ ਚਾਹੇ ਉਹ ਟਰੱਕ ਡਰਾਈਵਿੰਗ ਲੈ ਲਓ, ਚਾਹੇ ਉਹ ਆਪਾਂ ਟਰੱਕਿੰਗ ਕੰਪਨੀ ਰਨ ਕਰਨਾ, ਚਾਹੇ ਉਹ ਬ੍ਰੋਕਰੇਜ ਰਨ ਕਰਨਾ, ਹਰ ਪੱਖੋਂ ਜਿਹੜਾ ਆ ਟਰੱਕਿੰਗ ਇੰਡਸਟਰੀ ਨੂੰ ਦੇਖਣਾ ਜਿਹੜਾ ਆ ਉਹ ਮੇਰੇ ਖਿਆਲ ਬਹੁਤ ਘੱਟ ਬੰਦਿਆਂ ਨੂੰ ਨਸੀਬ ਹੁੰਦਾ। ਪਰ ਡੈਫੀਨੇਟਲੀ ਸਾਨੂੰ ਥੋੜ੍ਹਾ ਜਿਹਾ ਆਪਣੇ ਸਫ਼ਰ ਬਾਰੇ ਦੱਸੋ ਵੀ ਕਿਵੇਂ ਦਾ ਰਿਹਾ ਅਤੇ ਕਿੱਥੇ ਅੱਜ ਦੀ ਤਰੀਕ ਦੇ ਵਿੱਚ ਪੰਨੂ ਭਾਅ ਜੀ ਖੜ੍ਹੇ ਆ। ਹਾਂਜੀ ਰਮਨ ਭਾਅ ਜੀ, ਜਦੋਂ ਆਪਾਂ ਆਪਣੇ ਸਮੇਂ ਦੀ ਗੱਲ ਕਰੀਏ, ਜਦੋਂ 98 ਦੇ ਵਿੱਚ ਮੈਂ ਟਰੈਕਿੰਗ 'ਚ ਐਂਟਰ ਕੀਤਾ ਸੀਗਾ, ਉਦੋਂ ਦਾ ਸਮਾਂ ਅਤੇ ਅੱਜ ਦਾ ਸਮਾਂ ਥੋੜ੍ਹਾ ਡਿਫਰੈਂਟ ਹੈ। ਕਿਉਂਕਿ ਚਲੋ ਆਪਾਂ ਵੈੱਲ ਐਜੂਕੇਟਡ ਵੀ ਸੀਗੇ, ਸਭ ਕੁਝ ਹੈਗਾ ਸੀਗਾ, ਪਰ ਆਪਣੇ ਕੋਲ ਸਿਰਫ ਇੱਕ ਡਰਾਈਵਿੰਗ ਜੋਬ ਸਟਾਰਟ ਕਰਨ ਤੋਂ ਬਗੈਰ ਹੋਰ ਆਪਸ਼ਨ ਵਿਦ ਇਨ ਟਰੈਕਿੰਗ ਨਹੀਂ ਸੀ ਹੈਗੀਆਂ। ਜੀ ਅਤੇ ਉਦੋਂ ਸੌਖਾ ਤਰੀਕਾ ਇਹ ਲੱਗਦਾ ਕਿ ਆਪਾਂ ਮਤਲਬ ਐਜ ਏ ਡਰਾਈਵਰ ਸਟਾਰਟ ਕਰਕੇ, ਉਦੋਂ ਬਾਅਦ ਫਿਰ ਹੌਲੀ ਹੌਲੀ ਗਰੋ ਕੀਤਾ, ਸਾਰਾ ਕੁਛ ਹੋਇਆ, ਹੈ ਨਾ। ਮਤਲਬ ਲੰਮਾ ਇੱਕ ਜਰਨੀ ਪੂਰੀ ਤੈਅ ਕੀਤੀ ਉਸ ਸਮੇਂ ਨੂੰ। ਜੇ ਆਪਾਂ ਅੱਜ ਦੇ ਸਮੇਂ ਨਾਲ ਕੰਪੇਅਰ ਕਰੀਏ, ਜਿਹੜੇ ਸਾਡੇ ਅੱਜ ਨਿਊ ਕਮਰਸ ਹੈਗੇ ਆ, ਨਵੇਂ ਬੱਚੇ ਆਪਣੇ ਇੰਡਸਟਰੀ 'ਚ ਆ ਰਹੇ ਆ, ਆਪਣਾ ਯੰਗਸਟਰ ਆ ਰਹੇ ਆ, ਈਵਨ ਸਾਡੇ ਜਿਹੜੇ ਇੱਥੋਂ ਦੇ ਐਜੂਕੇਟਡ ਬੱਚੇ ਆ, ਇੱਥੋਂ ਦੇ ਸਾਡੇ ਗ੍ਰੈਜੂਏਟ ਬੱਚੇ, ਇੱਥੋਂ ਦੇ ਬੋਰਨ ਬੱਚੇ ਆ, ਉਹਨਾਂ ਵਾਸਤੇ ਟਰੈਕਿੰਗ ਦੇ ਵਿੱਚ ਆਈ ਥਿੰਕ ਇਟਸ ਸਟਿਲ ਵੈਰੀ ਗੁੱਡ ਫੀਲਡ ਜੇ ਤੁਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਸ਼ੁਰੂ ਕਰਦੇ ਹਾਂ। ਹੁਣ ਜੇ ਆਪਾਂ ਗੱਲ ਕਰੀਏ, ਆਪਾਂ 98 ਤੋਂ ਸਟਾਰਟ ਕੀਤਾ ਹੈ ਤੇ ਡਰਾਈਵਰ, ਤੇ ਆਪਾਂ ਕਦੀ ਵੀ ਆ ਮੇਰੇ ਕੋਲ ਮਾਰਕੀਟ ਅਪ ਡਾਊਨ ਦੇਖਿਆ, ਪਰ ਆਪਾਂ ਕਦੀ ਫੇਲੀਅਰ ਨਹੀਂ ਹੋਇਆ ਇਸ ਇੰਡਸਟਰੀ ਦੇ ਵਿੱਚ ਅੱਜ ਤੱਕ, ਬਾਏ ਹਿਸ ਗ੍ਰੇਸ, ਯੂ ਨੋ। ਤੇ ਅੱਜ ਦੇ ਜਿੰਨੇ ਹੁਣ ਟਰੈਕਿੰਗ ਦੇ ਵਿੱਚ ਨਿਊ ਕਮਰਸ ਆ ਰਿਹਾ, ਸਪੈਸ਼ਲੀ ਮੈਂ ਕਹਿੰਦਾ ਜਿਹੜੇ ਸਾਡੇ ਇੱਥੋਂ ਦੇ ਬੱਚੇ ਆ, ਜਿਹੜੇ ਮਤਲਬ ਕਈ ਸਾਡੇ ਬੱਚੇ ਹੈਗੇ ਜਿਹੜੇ ਹਾਈ ਸਕੂਲ ਤੋਂ ਅੱਗੇ ਪੜ੍ਹਨਾ ਨਹੀਂ ਚਾਹੁੰਦੇ, ਜਾਂ ਉਹਨਾਂ ਕੋਲ ਉਹਨਾਂ ਦਾ ਵਿਜ਼ਨ ਉਹਨਾਂ ਦੂਰ ਦਾ ਨਹੀਂ ਹੈਗਾ, ਅਤੇ ਉਹ ਵੀ ਆਣ ਕੇ ਟਰੈਕਿੰਗ 'ਚ ਪੈ ਜਾਂਦੇ ਆ। ਆਪਣੇ ਨਾਲ ਕਾਫੀ ਡਰਾਈਵਰ ਜਿਹੜੇ ਮੁੰਡੇ ਜਿਹੜੇ ਨਵੇਂ ਇੱਥੋਂ ਦੇ ਬਹੁਤ ਕੰਮ ਕਰਦੇ ਆ, ਮੇਰਾ ਖਿਆਲ ਹੈ ਕਿ ਥੋੜ੍ਹੀ ਜਿਹੀ ਪ੍ਰੋਪਰ ਟ੍ਰੇਨਿੰਗ ਲੈ ਕੇ ਉਹ ਟਰੈਕਿੰਗ ਨੂੰ ਵੀ ਅਪਸਕੇਲ ਕਰ ਸਕਦੇ ਆ, ਆਪਣੇ ਆਪ ਨੂੰ, ਜੀ ਆਪਣਾ ਜੀ ਕੈਰੀਅਰ ਅਪਸਕੇਲ ਕਰ ਸਕਦੇ ਆ। ਨੋਟ ਓਨਲੀ ਵੀ ਫੋਕਸ ਆਪਾਂ ਇਕੱਲਾ ਡਰਾਈਵਰ 'ਤੇ ਫੋਕਸ ਕਰੀਏ। ਤੇ ਮੈਨੂੰ ਇੱਕ ਗੱਲ ਦੱਸਿਓ ਕਿ ਜਿਹੜੇ ਤੁਸੀਂ ਆਪਾਂ ਤਿੰਨ ਐਂਗਲ ਦੱਸੇ ਹੈਗੇ, ਇੱਕ ਡਰਾਈਵਿੰਗ ਦਾ, ਇੱਕ ਟਰੱਕਿੰਗ ਕੰਪਨੀ ਦਾ ਤੇ ਇੱਕ ਬ੍ਰੋਕਰੇਜ ਦਾ, ਤੇ ਤਿੰਨੇ ਐਂਗਲਸ ਤੋਂ ਤੁਹਾਨੂੰ ਕਿਵੇਂ ਲੱਗਦਾ ਕਿ ਕਿਹੜਾ ਐਂਗਲ ਸੀਗਾ ਜਿਹੜਾ ਤੁਸੀਂ ਸਾਰਿਆਂ ਨੂੰ ਵੱਧ ਲਾਈਕ ਕੀਤਾ ਅਤੇ ਕਿਹੜਾ ਐਂਗਲ ਸੀਗਾ ਜਿਹੜਾ, ਇਹਨਾਂ ਤਾਂ ਪੱਕੀ ਗੱਲ ਆ ਕਿ ਤਿੰਨੇ ਐਂਗਲ ਜਿਹੜੇ ਬਹੁਤ ਜ਼ਰੂਰੀ ਹੈਗੇ ਇੱਕ ਟਰੈਕਿੰਗ ਸਕਸੈਸਫੁਲ ਬਿਜ਼ਨਸ ਦੇ ਲਈ, ਜਿਹੜਾ ਖਾਸ ਕਰਕੇ ਜਿਹੜਾ ਡਰਾਈਵਿੰਗ ਅਤੇ ਟਰੈਕਿੰਗ ਕੰਪਨੀ ਹੈਗਾ ਉਹ ਬਹੁਤ ਜ਼ਰੂਰੀ ਹੈਗਾ। ਕਿਸੇ ਦੀ ਟਰੈਕਿੰਗ ਕੰਪਨੀ ਦੇ ਕਿਸੇ ਸਕਸੈਸਫੁਲ ਹੋਣ ਦਾ ਬੈਕਗਰਾਊਂਡ ਟਰੈਕਿੰਗ ਕੰਪਨੀ ਟਰੱਕ ਡਰਾਈਵਰ ਦੇ ਤੌਰ 'ਤੇ ਜ਼ਰੂਰੀ ਆ, ਚਾਹੇ ਉਹ ਡਿਸਪੈਚ ਦੀ ਜੋਬ ਹੈ, ਚਾਹੇ ਉਹ ਕੁਛ ਵੀ ਹੈ।
ਪਰ ਤੁਹਾਡੇ ਖਿਆਲ ਦੇ ਵਿੱਚ ਕਿਹੜਾ ਜਿਹੜਾ ਐਂਗਲ ਹੈਗਾ ਤੁਹਾਨੂੰ ਬੈਸਟ ਲੱਗ ਰਿਹਾ ਹੈਗਾ ਇਸ ਵੇਲੇ? ਭਾਜੀ ਮੈਂ ਤੁਹਾਨੂੰ ਸਾਰੇ ਇੰਜੋਏ ਕੀਤੇ ਇਹਦੇ, ਮੈਨੂੰ ਲੱਗਦਾ ਵਾ ਕਿ ਇਹ ਸਾਰੇ ਸਟੈਪ ਹੀ ਆ ਤੁਹਾਡਾ ਅਪ ਵਰਜਨ ਆ। ਤੁਸੀਂ ਜਦੋਂ ਐਜ਼ ਏ, ਹੁਣ ਆਪਾਂ ਉੱਪਰੋਂ ਥੱਲੇ ਨੂੰ ਚੱਲ ਪੈਂਦੇ ਹਾਂ, ਤੁਸੀਂ ਐਜ਼ ਏ ਟਰੱਕ ਬ੍ਰੋਕਰ ਕੰਮ ਕਰਦੇ ਜੇ, ਹੈ ਨਾ। ਜੇ ਤੁਸੀਂ ਇੱਕ ਟਰੱਕਿੰਗ ਕੰਪਨੀ ਰਨ ਕੀਤੀ ਆ ਤੇ ਤੁਹਾਨੂੰ ਉਹਦੇ ਸਾਰੇ ਇਨਸ ਆਊਟਸ ਅਪਸ ਡਾਊਨਸ ਸਾਰੇ ਪਤਾ ਹੈਗੇ ਬੇਸਿਕਲੀ। ਜੀ ਸੋ ਇਟਸ ਲੋਟ ਈਜ਼ੀਅਰ, ਤੁਹਾਡਾ ਡਿਸੀਜਨ ਮੇਕਿੰਗ ਤੁਹਾਨੂੰ ਬਹੁਤ ਸੌਖੀ ਹੁੰਦੀ ਆ। ਤੁਹਾਨੂੰ ਜਦੋਂ ਤੁਸੀਂ ਕਿਸੇ ਕੈਰੀਅਰ ਨੂੰ ਬਾਹਰ ਟ੍ਰੀਟ ਕਰਦੇ ਆ, ਯੂ ਨੋ ਯੂ ਯੂ ਸਪੋਜ਼ ਟੂ ਬੀ ਕੈਰੀਅਰ ਨਾਓ, ਤੁਸੀਂ ਹੁਣ ਬ੍ਰੋਕਰ ਬਣ ਗਏ ਆ ਜਾਂ ਤੁਸੀਂ ਬ੍ਰੋਕਰੇਜ ਕਰਦੇ ਆ। ਸੋ ਤੁਸੀਂ, ਤੁਹਾਡੇ ਕੋਲ ਬਹੁਤ ਵੱਡਾ ਵਿਜ਼ਨ ਹੋ ਗਿਆ, ਤੁਹਾਡੇ ਕੋਲ ਐਕਸਪੀਰੀਅੰਸ ਹੋ ਗਿਆ ਵੀ ਤੁਹਾਡਾ ਜਿਹੜਾ ਬ੍ਰੋਕਰੇਜ ਦਾ ਸਟੈਪ ਹੈ ਉਹ ਮੇਰਾ ਟਰੱਕਿੰਗ ਕੰਪਨੀ ਦੇ ਉੱਤੇ ਖੜਾ ਆ। ਹੁਣ ਜਿਹੜੀ ਟਰੱਕਿੰਗ ਕੰਪਨੀ ਆ, ਜਦੋਂ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਆ ਤਾਂ ਉਦੋਂ ਪਹਿਲਾਂ ਤੁਸੀਂ ਕਿਸੇ ਵਾਸਤੇ ਡਰਾਈਵ ਕੀਤੀ ਆ, ਆਪਣੇ ਵਾਸਤੇ ਡਰਾਈਵ ਕੀਤੀ ਆ। ਸੋ ਤੁਹਾਨੂੰ ਉਹ ਸਾਰੇ ਲੂਪ ਹੋਲਸ ਪਤਾ, ਇਨ ਐਂਡ ਆਊਟ ਪਤਾ, ਅਪ ਡਾਊਨਸ ਪਤਾ ਹੈਗਾ ਇੰਡਸਟਰੀ ਦੇ ਵੀ ਆਹ ਆਹ ਹਰਡਲਸ ਹੈਗੀਆਂ। ਸੋ ਐਜ਼ ਅ ਟਰੱਕਿੰਗ ਓਨਰ, ਟਰੱਕਿੰਗ ਕੰਪਨੀ ਓਨਰ, ਤੁਸੀਂ ਉਹ ਡਰਾਈਵਰ ਨੂੰ ਵੀ ਉਸ ਹਿਸਾਬ ਨਾਲ ਟ੍ਰੀਟ ਕਰੋਗੇ ਕਿਉਂਕਿ ਯੂ ਬਿਨ ਦੇਅਰ, ਤੁਹਾਨੂੰ ਲੋਕਾਂ ਨੇ ਕਿੱਦਾਂ ਟ੍ਰੀਟ ਕੀਤਾ। ਸੋ ਇਟਸ ਇਟਸ ਲਾਟ ਈਜ਼ੀਅਰ। ਸੋ ਮੈਂ ਕਹਿੰਦਾ ਵੀ ਇਹ ਸਾਰੇ ਤਿੰਨੇ, ਆਈ ਇੰਜੋਏ ਡਰਾਈਵਿੰਗ, ਆਈ ਇੰਜੋਏ ਰਨ ਅ ਟਰੱਕਿੰਗ ਕੰਪਨੀ, ਐਂਡ ਆਈ ਇੰਜੋਏ ਦ ਬ੍ਰੋਕਰ ਟੂ। ਸੋ ਇਟਸ ਇਟਸ ਇਨ ਮਾਈ ਬਲੱਡ, ਟਰੱਕਿੰਗ ਇਜ਼ ਇਨ ਮਾਈ ਬਲੱਡ ਨਾਓ। ਸੋ ਸੋ ਯੂ ਨੋ ਕਹਿਣਾ ਇਹ ਗਲਤ ਨਹੀਂ ਹੋਊਗਾ ਕਿ ਬਿਨ ਦੇਅਰ ਡਨ ਦੈਟ ਵਾਲਾ ਜਿਹੜਾ ਰੂਲ ਆ ਉਹ ਮਤਲਬ ਲਾਗੂ ਹੁੰਦਾ ਇੱਥੇ। ਐਗਜੈਕਟਲੀ ਹਾਂਜੀ, ਪਤਾ ਜੋ ਬਿਨ ਦੇਅਰ ਡਨ ਦੈਟ ਕਹਿੰਦਾ ਉਦੋਂ ਉਹਨੂੰ ਪਤਾ ਹੁੰਦਾ ਕਿ ਯੂ ਨੋ ਮੈਂ ਡਰਾਈਵਰ ਦੇ ਸ਼ੂਜ਼ 'ਚ ਰਿਹਾ, ਮੈਨੂੰ ਪਤਾ ਟਰੱਕਿੰਗ ਕੰਪਨੀ ਦੇ ਵਿੱਚ ਜਾ ਕੇ ਡਰਾਈਵਰ ਨੂੰ ਕਿਵੇਂ ਟ੍ਰੀਟ ਕਰਨਾ, ਅਤੇ ਜਦੋਂ ਤੁਸੀਂ ਬ੍ਰੋਕਰ 'ਚ ਆਏ ਤਾਂ ਤੁਹਾਨੂੰ ਪਤਾ ਕਿ ਤੁਸੀਂ ਟਰੱਕਿੰਗ ਕੰਪਨੀ ਚਲਾਈ ਹੈ ਤਾਂ ਟਰੱਕਿੰਗ ਕੰਪਨੀ ਨੂੰ ਕਿਵੇਂ ਟ੍ਰੀਟ ਕਰਨਾ। ਆਈ ਥਿੰਕ ਇਟਸ ਅ ਬੈਸਟ ਵੇ ਟੂ ਡੂ ਇਟ ਕਿ ਜਿਹੜਾ ਇਹ ਸਾਈਕਲ ਹੈਗਾ ਇਹ ਮੈਨੂੰ ਅੱਜ ਦੀ ਤਰੀਕ ਦੇ ਵਿੱਚ, ਮੈਂ ਇਹ ਥੋੜ੍ਹਾ ਜਿਹਾ ਆਊਟ ਆਫ ਦਾ ਵੇ ਜਾ ਕੇ ਕੁਐਸਚਨ ਤੁਹਾਨੂੰ ਕਰਨ ਲੱਗਾ, ਅੱਜ ਦੀ ਤਰੀਕ ਦੇ ਵਿੱਚ ਬਹੁਤ ਮੈਨੂੰ ਰਿਕੁਐਸਟ ਆਉਂਦੀ ਆ ਕਈ ਵਾਰੀ ਕਿ ਭਾਜੀ ਅਸੀਂ ਬ੍ਰੋਕਰੇਜ ਖੋਲ੍ਹਣੀ ਆਏ ਹਾਂ ਤਾਂ ਸਾਨੂੰ ਬ੍ਰੋਕਰੇਜ ਖੋਲ੍ਹਣ ਲਈ ਗਾਈਡ ਕਰੋ, ਅਸੀਂ ਡਾਇਰੈਕਟ ਲੋਡ ਲੈਣੇ ਹੈਗੇ, ਆਹ ਕਰਨਾ ਹੈਗਾ, ਉਹ ਕਰਨਾ ਹੈਗਾ, ਅਤੇ ਫਿਰ ਮੇਰਾ ਪਹਿਲਾ ਕੁਐਸਚਨ ਹੁੰਦਾ ਆ ਵੀ ਤੁਸੀਂ ਹਾਓ ਲੌਂਗ ਯੂ ਬੀਨ ਇਨ ਟਰੱਕਿੰਗ ਇੰਡਸਟਰੀ, ਕਿੰਨਾ ਚਿਰ ਹੋ ਗਿਆ ਤੁਹਾਨੂੰ ਟਰੱਕਿੰਗ ਇੰਡਸਟਰੀ 'ਚ ਕੰਮ ਕਰਦੇ ਹਨ? ਅਤੇ ਕੋਈ ਮੈਨੂੰ ਕਹੂਗਾ 2 ਸਾਲ ਹੋ ਗਏ, ਕੋਈ ਕਹੂਗਾ 3 ਸਾਲ ਹੋ ਗਿਆ, ਮੈਂ ਮਨ ਦੇ ਵਿੱਚ ਕਈ ਵਾਰੀ ਸੋਚਦਾ ਹੁੰਦਾ, ਮੈਂ ਕਹਿੰਦਾ ਯਾਰ 2-3 ਸਾਲ ਤੱਕ ਤਾਂ ਬੰਦਾ ਸਹੀ ਡਰਾਈਵਰ ਨਹੀਂ ਬਣਦਾ ਅਤੇ ਤੁਸੀਂ ਸਿੱਧਾ ਹੀ ਬ੍ਰੋਕਰੇਜ ਵੱਲ ਨੂੰ ਚੱਲੇ ਆ। ਆਈ ਡੋਂਟ ਸੇ ਕਿ ਸਕਸੈਸਫੁਲ ਨਹੀਂ ਹੋ ਸਕਦਾ, ਪਰ ਸਕਸੈਸਫੁਲ ਹੋਣਾ ਜਿਹੜਾ ਕਿ 2 ਸਾਲ ਦੇ ਤਜਰਬੇ ਨਾਲ ਬ੍ਰੋਕਰ 'ਚ ਜਾਣਾ ਅਤੇ ਵਿੱਚ ਟਰੱਕਿੰਗ ਕੰਪਨੀ ਦਾ, ਫਿਰ ਉਹਦੇ 'ਚ ਕਿੰਨਾ ਕੁ ਚਿਰ ਡਰਾਈਵਰ ਦਾ ਐਕਸਪੀਰੀਅੰਸ ਹੋਊਗਾ, ਕਿੰਨਾ ਕੁ ਚਿਰ ਟਰੱਕਿੰਗ ਦਾ ਐਕਸਪੀਰੀਅੰਸ ਹੋਊਗਾ। ਸੋ ਤੁਹਾਡੇ ਕੀ ਖਿਆਲ ਦੇ ਵਿੱਚ ਹੈ ਕਿ ਇਸ ਤਰ੍ਹਾਂ ਜਿਹੜਾ ਆ ਉਹ ਬੈਸਟ ਡਿਸੀਜਨ ਹੈਗਾ? ਆਈ ਨੋ ਯੋਰ ਆਨਸਰ, ਬਟ ਆਈ ਜਸਟ ਵਾਂਟ ਟੂ ਹੀਅਰ। ਦੇਖੋ ਮੈਨੂੰ ਲੱਗਦਾ ਤਾਂ, ਮੈਨੂੰ ਭਾਜੀ ਜਦੋਂ ਆਪਾਂ ਕਹਿੰਦੇ ਨਾ ਮੈਂ ਬ੍ਰੋਕਰੇਜ ਖੋਲ੍ਹਣੀ ਆ, ਐਕਚੁਅਲੀ ਬ੍ਰੋਕਰੇਜ ਖੋਲ੍ਹਣ ਦੀ ਲੋੜ ਨਹੀਂ ਤੁਹਾਨੂੰ ਪੈਂਦੀ, ਬ੍ਰੋਕਰੇਜ ਖੋਲ੍ਹਣੀ ਤੁਹਾਡੀ ਇੱਕ ਨੈਸੈਸਿਟੀ ਬਣ ਜਾਂਦੀ ਹੈ ਜਦੋਂ ਤੁਸੀਂ ਇੱਕ ਟਰੱਕਿੰਗ ਕੰਪਨੀ ਦੇ ਮਾਲਕ ਹੁੰਦੇ ਜੇ। ਮੇਰੇ ਖਿਆਲ ਨਾਲ ਹੁਣ ਤੁਸੀਂ ਇੱਕ ਟਰੱਕਿੰਗ ਕੰਪਨੀ ਚਲਾ ਰਹੇ ਆ, ਉਹਦੇ ਵਿੱਚ ਤੁਹਾਡੇ ਕੋਲ ਜਿਹੜਾ ਫਰੇਟ ਹੈਗਾ ਆ, ਤੁਹਾਡੇ ਕੋਲ ਕਈ ਬਹੁਤ ਵਾਰੀ ਇੱਦਾਂ ਦੇ ਚਾਂਸ ਹੁੰਦੇ ਤੁਹਾਡੇ ਕੋਲ ਐਕਸੈਸ ਫਰੇਟ ਹੋ ਜਾਂਦਾ, ਤੁਹਾਡੇ ਕੋਲ ਜਿਹੜਾ ਓਵਰ ਫਰੇਟ ਆ ਤੁਸੀਂ ਉਹਨੂੰ ਹੁਣ ਕਿੱਦਾਂ ਮਾਰਕੀਟ ਦੇ ਵਿੱਚ ਕਵਰ ਕਰਨਾ। ਹੁਣ ਕਸਟਮਰ ਨੇ ਤੁਹਾਨੂੰ ਇੱਕ ਰਿਸਪੋਂਸੀਬਿਲਟੀ ਦੇ ਦੀ ਆ, ਮੇਰੇ ਇੰਨੇ ਲੋਡ ਕਵਰ ਕਰਨੇ ਤੁਸੀਂ। ਹੁਣ ਤੁਹਾਡੇ ਕੋਲ ਆਪਣੇ ਟਰੱਕ ਉਹਨੇ ਨਹੀਂ ਹੈਗੇ ਜਾਂ ਤੁਸੀਂ ਉਹਨੇ ਅਫੋਰਡ ਨਹੀਂ ਕਰ ਸਕਦੇ ਜਾਂ ਅਵੇਲੇਬਲ ਨਹੀਂ ਹੈਗਾ ਤੁਹਾਡੇ ਕੋਲ ਨਾ, ਉਹ ਉਸ ਪੁਆਇੰਟ ਤੋਂ ਆਣ ਕੇ ਤੁਹਾਡੀ ਆਪਣੇ ਆਪ ਹੀ ਬ੍ਰੋਕਰੇਜ ਸ਼ੁਰੂ ਹੋ ਜਾਂਦੀ ਆ। ਨਾਓ ਯੂ ਥਿੰਕ ਵੀ ਤੁਸੀਂ ਸੋਚਣਾ ਸ਼ੁਰੂ ਕਰਦੇ ਨੇ ਵੀ ਹੁਣ ਮੇਰੇ ਕੋਲ ਆਹ ਫਰੇਟ ਹੈਗਾ, ਇਹਨੂੰ ਮੈਂ ਕਸਟਮਰ ਨੂੰ ਵੀ ਲੂਜ਼ ਨਹੀਂ ਕਰਨਾ, ਮੈਂ ਕਸਟਮਰ ਨੂੰ ਜਵਾਬ ਨਹੀਂ ਦੇ ਸਕਦਾ ਕਿ ਮੇਰੇ ਕੋਲ ਟਰੱਕ ਨਹੀਂ ਹੈਗੀ, ਅਵੇਲੇਬਿਲਟੀ ਨਹੀਂ ਹੈਗੀ, ਹੈ ਨਾ। ਅਤੇ ਕਈ ਵਾਰੀ ਤੁਹਾਡੇ ਕਸਟਮਰ ਰਿਲੇਸ਼ਨ ਇਸ ਤਰ੍ਹਾਂ ਦੇ ਹੁੰਦੇ ਆ ਕਿ ਕਸਟਮਰ ਤੁਹਾਡੇ 'ਤੇ ਡਿਪੈਂਡ ਕਰਨ ਡਿਆ ਹੁੰਦਾ ਬਿਲਕੁਲ,
ਤੁਹਾਡਾ ਜੀ ਰਿਲੇਸ਼ਨ ਹੀ ਉਹਨਾਂ ਨੇ ਇਦਾਂ ਦਾ ਹੁੰਦਾ ਆ। ਸੋ ਉਸ ਪੁਆਇੰਟ ਤੇ ਆਣ ਕੇ ਤੁਸੀਂ ਆਪਣੇ ਆਪ ਸੋਚਦੇ ਆ ਕਿ ਨਹੀਂ ਯਾਰ, ਮੈਂ ਇਹ ਹੁਣ ਜਿਹੜਾ ਮੇਰੇ ਕੋਲ ਓਵਰ ਫਰੇਟ ਹੈਗਾ ਇਹਨੂੰ ਮੈਂ ਆਪਣੇ ਟਰੱਕਾਂ ਨੂੰ ਛੱਡ ਕੇ ਬਾਹਰਲੇ ਟਰੱਕਾਂ ਨੂੰ ਕਿਵੇਂ ਹੈਲਪ ਕਰਾਂ। ਸੋ ਇਸ ਤਰ੍ਹਾਂ ਸ਼ੁਰੂ ਹੁੰਦੀ ਮੇਰੇ ਖਿਆਲ ਨਾਲ ਤੇ ਬ੍ਰੋਕਰੇਜ ਇਸ ਤਰ੍ਹਾਂ ਸ਼ੁਰੂ ਹੁੰਦੀ ਆ। ਹੋਰ ਤਾਂ ਕੋਈ, ਮੈਂ ਬਹੁਤ ਚਿਰ ਪਹਿਲਾਂ 10 ਸਾਲ ਪਹਿਲਾਂ, ਮੈਂ ਕਰੀ 15 ਸਾਲ ਪਹਿਲਾਂ ਮੈਂ ਕਿਹਾ ਸਕੂਲ ਲਾਇਆ ਸੀ ਲੈਂਡ ਸਟਾਰ ਵਾਲਿਆਂ ਦਾ ਟੂ ਬੀ ਏ ਬ੍ਰੋਕਰ। ਮੈਨੂੰ ਲੱਗਦਾ ਵੀ ਮੈਨੂੰ ਉਹਦੇ ਵਿੱਚ ਸਿਰਫ ਮੈਂ ਆਪਣੇ 10 ਦਿਨ ਖਰਾਬ ਹੀ ਕੀਤੇ, ਮੈਨੂੰ ਉਹਦਾ ਬੈਨੀਫਿਟ ਕੋਈ ਨਹੀਂ ਹੋਇਆ। ਬਟ ਵੈਨ ਇਟ ਸਟਾਰਟ, ਇਟ ਸਟਾਰਟ ਇਟਸੈਲਫ। ਬੇਸਿਕਲੀ ਮੇਰੇ ਤਾਂ ਖਿਆਲ ਦੇ ਵਿੱਚ ਇਹ ਆ ਕਿ ਜਿਹੜੀ ਟਰੱਕਿੰਗ ਜਿਹੜੀ ਟ੍ਰਾਂਜੀਸ਼ਨ ਹੈ ਡਰਾਈਵਰ ਟੂ ਟਰੱਕਿੰਗ ਤੇ ਟਰੱਕਿੰਗ ਟੂ ਬ੍ਰੋਕਰੇਜ, ਇਹ ਇੱਕ ਇੱਕ ਸੈਟਅਪ ਹੈਗਾ, ਇੱਕ ਟਾਈਮ ਹੈਗਾ। ਇੱਥੇ ਹੀ ਆਪਾਂ ਆ ਜਾਂਦੇ ਹਾਂ ਕਿ ਆਪਣੀ ਜਿਹੜੀ ਤੁਸੀਂ ਪਹਿਲਾਂ ਗੱਲ ਕਰਕੇ ਆਏ ਕਿ ਆਪਣੀ ਨਵੀਂ ਜਿਹੜੀ ਜਨਰੇਸ਼ਨ ਆ ਰਹੀ ਹੈ, ਨਵੀਂ ਕਮਿਊਨਿਟੀ ਆ ਰਹੀ ਆ, ਉਹਦੇ ਵਿੱਚ ਜਿਹੜੀ ਆ ਉਹ ਕਿਉਂ ਕਮੀ ਆ ਕਿ ਸਿਰਫ ਇੱਕ ਤੇ ਇੱਕ ਸਿਰਫ ਕਿੱਤੇ ਦੇ ਵੱਲ ਹੀ ਜਿਹੜੇ ਧਿਆਨ ਵੰਡਿਆ ਜਾ ਰਿਹਾ। ਕੰਪਲਾਈਂਸ ਦੇ ਲਈ ਕਿੰਨੀ ਲੋਕਾਂ ਦੀ ਲੋੜ ਆ, ਬੁੱਕ ਕੀਪਿੰਗ ਲਈ ਕਿੰਨੇ ਲੋਕਾਂ ਦੀ ਲੋੜ ਆ, ਔਰ ਕਿੰਨੇ ਹੋਰ ਕਿੱਤੇ ਹੈਗੇ ਆ, ਚਾਹੇ ਉਹ ਮਕੈਨਿਕ ਹੈਗੇ ਆ, ਚਾਹੇ ਉਹ ਹੋਰ ਕਈ ਜਿਹੜੇ ਏਰੀਆਜ਼ ਹੈਗੇ ਜਿੱਥੇ ਅਸੀਂ ਟਰੱਕਿੰਗ ਇੰਡਸਟਰੀ ਨੂੰ ਸਪੋਰਟਿਵ ਰੋਲ ਦੇ ਵਿੱਚ ਆ ਸਕਦੇ ਹਾਂ, ਉਹਨਾਂ ਚੀਜ਼ਾਂ ਵੱਲ ਧਿਆਨ ਬਹੁਤ ਘੱਟ ਹੈਗਾ ਆ। ਸਿਰਫ ਡਰਾਈਵਿੰਗ ਵੱਲ ਅਤੇ ਟਰੱਕਿੰਗ ਕੰਪਨੀ ਅਤੇ ਦੈਨ ਬ੍ਰੋਕਰੇਜ ਉਹ ਲਾਈਨ, ਪਰ ਇਹ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਅਵੇਅਰਨੈਸ ਦੀ ਅਤੇ ਗਾਈਡੈਂਸ ਦੀ ਬਹੁਤ ਜ਼ਿਆਦਾ ਕਮੀ ਹੈਗੀ ਆ? ਬਿਲਕੁਲ ਭਾਜੀ, ਵੇਖੋ ਜਿੱਦਾਂ ਸਾਰਿਆਂ ਦਾ ਫੋਕਸ ਨਾ, ਭਾਵੇਂ ਕੋਈ ਬੱਚਾ ਇੱਥੇ ਪੜ੍ਹਿਆ ਲਿਖਿਆ ਗ੍ਰੈਜੂਏਟ ਹੋਇਆ ਜਾਂ ਕੋਈ ਓਵਰਸੀਜ਼ ਆਇਆ ਬੰਦਾ, ਸਾਰਿਆਂ ਦੇ ਇੱਕੋ ਹੀ ਧਿਆਨ ਹੈ ਕਿ ਦਵਾ ਦਾ ਵੋ ਟਰੱਕ ਦਾ ਲਾਇਸੈਂਸ ਲਈਏ ਅਤੇ ਟਰੱਕ ਚਲਾਈਏ, ਹੈ ਨਾ। ਚਲੋ ਪਿਛਲੇ ਕੁਛ ਸਾਲਾਂ ਤੋਂ 50 ਸੈਂਟ 55 ਸੈਂਟ ਲੋਕੀ ਪੇ ਕਰਨ ਡੇ ਸੀ ਅਤੇ ਪੈਸੇ ਪਾਉਂਦੇ ਸੀ ਡਰਾਈਵਰ, ਅਤੇ ਸਾਰੇ ਅਟਰੈਕਟ ਹੋ ਗਏ ਉੱਧਰ ਨੂੰ ਇੱਕਦਮ। ਮੇਰੇ ਖਿਆਲ ਨਾਲ ਜੇ ਤੁਹਾਡੇ ਕੋਲ ਥੋੜ੍ਹੀ ਜਿਹੀ ਵੀ ਤੁਸੀਂ ਐਫਰਟ ਕਰੋ, ਜਿਹੜਾ ਹੁਣ ਬੱਚਾ ਖਾਸ ਕਰ ਇੱਥੋਂ ਦਾ ਗ੍ਰੈਜੂਏਟ ਹੋਇਆ ਜਾਂ ਉਹਨੇ ਹਾਈ ਸਕੂਲ ਕੀਤਾ, ਦੇਅਰ ਆਰ ਅਦਰ ਆਪਸ਼ਨਸ। ਸਾਨੂੰ ਥੋੜ੍ਹਾ ਟੈਕਨੀਕਲ ਫੀਲਡ 'ਚ ਜਾਣ ਦੀ ਲੋੜ ਹੈ ਟਰੈਕਿੰਗ ਦੇ। ਜੀ ਅਸੀਂ ਸਿਰਫ ਡਰਾਈਵਰ ਤੱਕ ਹੀ ਸੀਮਿਤ ਰਹਿ ਗਏ ਹਾਂ, ਜਾਂ ਮੈਂ ਟਰੱਕ ਲੈ ਲਿਆ ਕੰਪਨੀ ਖੋਲ੍ਹ ਲਈ, ਉਹ ਵੀ ਠੀਕ ਹੈ ਪਾਥ। ਪਰ ਮੇਰਾ ਖਿਆਲ ਜੇ ਬੰਦੇ ਕੋਲ ਜ਼ਿਆਦੀ ਥੋੜ੍ਹੀ ਜਿਹੀ ਵੀ ਐਜੂਕੇਸ਼ਨ ਹੈਗੀ ਆ, ਹੈ ਨਾ, ਉਹ ਬਿਲਕੁਲ ਆਪਣਾ ਇੱਕ ਤਾਂ ਡਰਾਈਵਿੰਗ ਹੋ ਗਈ, ਫਿਰ ਉਦੋਂ ਅੱਗੇ ਹੈਗਾ ਸੇਫਟੀ। ਹੁਣ ਜੇ ਆਪਾਂ ਅੱਜ ਦਾ ਡਾਟਾ ਦੇਖੀਏ ਤਾਂ ਹਰ ਇੱਕ ਟਰੱਕਿੰਗ ਕੰਪਨੀ ਕੋਲ ਜਿਹੜਾ ਸੇਫਟੀ ਵਾਲਾ ਬੰਦਾ ਦੀ ਲੋੜ ਹੈ, ਨਹੀਂ ਮਿਲਦੇ ਸੇਫਟੀ ਵਾਲੇ ਬੰਦੇ। ਸੈਕਿੰਡ ਲੱਗਾ ਜੀ ਅਕਾਊਂਟਿੰਗ। ਅਕਾਊਂਟਿੰਗ ਦੇ ਵਿੱਚ ਮੈਂ ਕਹਿੰਦਾ ਜਿਹੜੀ ਸਪੈਸ਼ਲ ਸਾਡੀਆਂ ਬੀਬੀਆਂ ਭੈਣਾਂ ਵਾਸਤੇ ਬਹੁਤ ਵਧੀਆ ਫੀਲਡ ਹੈਗਾ ਅਕਾਊਂਟਿੰਗ ਦਾ, ਮਤਲਬ ਸਾਡੀਆਂ ਬੀਬੀਆਂ ਭੈਣਾਂ ਇਹਦੇ ਵਿੱਚ ਬਹੁਤ ਵਧੀਆ ਫੀਲਡ ਆ, ਆਫਿਸ ਦੀ ਜੋਬ ਆ, ਸਿਕਿਓਰ ਜੋਬ ਆ। ਟਰੈਕਿੰਗ ਦੇਖੋ ਇਟਸ ਵੈਰੀ ਸਿਕਿਓਰ ਫੀਲਡ। ਅੱਛਾ, ਉਦੋਂ ਬਾਅਦ ਮਕੈਨਿਕ। ਹੁਣ ਤੁਸੀਂ ਦੇਖੋ ਮਤਲਬ ਡੀਲਰਸ਼ਿਪ $200+ ਆਪਾਂ ਨੂੰ ਚਾਰਜ ਕਰਨ ਡਿਆ ਆ। ਹੁਣ ਜੇ ਆਪਣੇ ਹੀ ਬੱਚੇ ਇਸ ਫੀਲਡ ਦੇ ਵਿੱਚ ਥੋੜ੍ਹਾ ਜਿਹਾ 2 ਸਾਲ ਦਾ 3 ਸਾਲ ਦਾ ਮਕੈਨਿਕ ਦਾ ਡਿਪਲੋਮਾ ਕਰ ਲੈਣ, ਤੇ ਮੇਰਾ ਖਿਆਲ ਆ ਕਿ ਉਹ ਡਰਾਈਵਰ ਦੇ ਨਾਲੋਂ ਜ਼ਿਆਦਾ ਪੈਸੇ ਬਣਾਉਣਗੇ, ਉਹਨਾਂ ਦਾ ਕੈਰੀਅਰ ਜਿਹੜਾ ਵਾ ਬਿਲਕੁਲ ਸਿਕਿਓਰ ਆ, ਫਿਊਚਰ ਸਿਕਿਓਰ ਆ, ਬਹੁਤ ਵਧੀਆ ਆਪਣੇ ਕੱਲ੍ਹ ਨੂੰ ਬਿਜ਼ਨਸ ਵੀ ਖੋਲ੍ਹ ਸਕਦੇ, ਸ਼ੋਪ ਖੋਲ੍ਹ ਸਕਦੇ ਆਪਣੀ, ਹਾਂਜੀ। ਮਤਲਬ ਉਹਦੇ ਇਸ ਬੰਨੇ ਵੀ ਬਹੁਤ ਸਾਰਾ ਵੱਡਾ ਇੱਕ ਫੀਲਡ ਜਿਹੜਾ ਪਿਆ ਵਾ, ਜਿਹੜਾ ਬਿਲਕੁਲ ਸਾਡੇ ਬੰਦਿਆਂ ਵੱਲੋਂ ਅਨਟੱਚ ਆ ਹਾਲੇ, ਜਿਹੜਾ ਸਾਡਾ ਨਵੀਂ ਜਨਰੇਸ਼ਨ ਦੀ ਗੱਲ ਕਰਦਾ ਮੈਂ, ਪੁਰਾਣੇ ਸਾਡੇ ਮਕੈਨਿਕ ਹੈਗੇ ਆ, ਪਰ ਉਹ ਮਤਲਬ ਪੁਰਾਣੇ ਤਰੀਕੇ ਨਾਲ ਮਕੈਨਿਕ ਹੀ ਕਰੀ ਜਾਂਦੇ ਆਪਾਂ ਹਾਲੇ। ਅੱਜ ਕੱਲ ਟਰੱਕ ਬਹੁਤ ਨਵਾਂ ਹੋ ਗਿਆ, ਬਹੁਤ ਚੇਂਜ ਹਾਂਜੀ ਹਾਂਜੀ, ਸੋ ਸਾਨੂੰ ਅਪ ਸਕੇਲ ਆਪਣੇ ਆਪ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਆ। ਤੇ ਤੁਹਾਡੇ ਤੇ ਖਾਸ ਕਰਕੇ ਫ੍ਰਿਜ਼ਨੋ ਦੇ ਵਿੱਚ ਭਾਜੀ, ਆਪਣੇ ਗੁਰਮਿੰਦਰ ਸੰਘਾ ਭਾਜੀ ਉਹਨਾਂ ਨਾਲ ਗੱਲ ਹੁੰਦੀ ਕਈ ਵਾਰੀ, ਤੁਹਾਡੇ ਤਾਂ ਫ੍ਰਿਜ਼ਨੋ ਵਿੱਚ ਬਹੁਤ ਟੈਕਨੀਕਲ ਜਿਹੜੀ ਆ ਕਲਾਸਿਸ ਹੈਗੀਆਂ, ਸੈਕਸ਼ਨ ਹੀ ਇੱਕ ਜਿਹੜਾ ਫ੍ਰਿਜ਼ਨੋ ਸਟੇਟ ਦੇ ਵਿੱਚ ਸ਼ੁਰੂ ਹੋਇਆ ਆ, ਕਾਫੀ ਉੱਥੇ ਅਵੇਲੇਬਿਲਿਟੀ ਹੈਗੀ ਇਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ।
ਤੇ ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਦਿਨ ਗੁਰਵਿੰਦਰ ਭਾਅ ਜੀ ਉਹਨਾਂ ਨੂੰ ਵੀ ਲੈ ਕੇ ਆਈਏ ਪ੍ਰੋਗਰਾਮ ਤੇ ਉਹਨਾਂ ਦੇ ਨਾਲ ਵੀ ਡਿਟੇਲ 'ਚ ਗੱਲ ਕਰੀਏ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਟਰੈਕਿੰਗ ਦੇ ਬਾਬਤ ਆਪਣੀਆਂ ਮੰਡੇਰੇ ਦੇ ਵਿੱਚ ਜਿਹੜਾ ਟਰੱਕ ਸਕੂਲ ਖੋਲਿਆ ਗਿਆ। ਸਾਨੂੰ ਇੱਕ ਵਾਰੀ ਗੁਰਵਿੰਦਰ ਭਾਅ ਜੀ ਨੇ ਜਦੋਂ ਮੰਡੇਰੇ ਦੇ ਵਿੱਚ ਟਰੱਕ ਸਕੂਲ ਖੋਲ੍ਹਣਾ ਸੀਗਾ ਤੇ ਇੰਸਟ੍ਰਕਟਰ ਵਾਸਤੇ ਕਿਹਾ ਸੀਗਾ ਕਿ ਸਾਨੂੰ ਇੰਸਟ੍ਰਕਟਰ ਚਾਹੀਦਾ ਤੇ ਸਾਨੂੰ ਪਤਾ ਨਹੀਂ ਕਿੰਨਾ ਚਿਰ ਲੱਗ ਗਿਆ ਸੀਗਾ ਇੰਸਟ੍ਰਕਟਰ ਲੱਭਣ ਨੂੰ, ਸਾਨੂੰ ਪ੍ਰੋਪਰ ਇੰਸਟ੍ਰਕਟਰ ਨਹੀਂ ਲੱਭ ਰਿਹਾ ਸੀ। ਔਰ ਆਪਣੀ ਇੰਡਸਟਰੀ, ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਕਿੰਨੀ ਕੁ ਦੁਨੀਆ ਜਿਹੜੀ ਕਿ ਸਿਖਾਉਣ ਯੋਗ ਆ ਔਰ ਸਿਖਾ ਸਕਦੀ ਆ। ਤੇ ਪਰਪ੍ਰੀਤ ਭਾਅ ਜੀ ਆਪਣਾ ਇੱਥੇ ਪਹਿਲੀ ਸੈਗਮੈਂਟ ਦਾ ਟਾਈਮ ਹੋ ਗਿਆ ਤੇ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਫੇਰ ਮਿਲਦੇ ਹਾਂ। ਤੇ ਤੁਸੀਂ ਸਾਰੇ ਦੇਖਣ ਵਾਲਿਆਂ ਨੇ ਕਿਤੇ ਨਹੀਂ ਜਾਣਾ, ਜ਼ਰੂਰ ਸਾਡਾ ਇਹ ਜਿਹੜਾ ਚੈਨਲ ਹੈ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਤੋਂ ਬਾਅਦ ਜੇ ਤੁਸੀਂ ਇਹਦਾ ਕੰਟੈਂਟ ਲਾਈਕ ਕਰਦੇ ਹੈਗੇ ਆ ਤੇ ਸ਼ੇਅਰ ਜ਼ਰੂਰ ਕਰੋ। ਤੇ ਜੇ ਤੁਸੀਂ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਸ਼ਨਸ਼ਿਪ ਹੈਗੇ ਆ, ਰਿਲੇਟਡ ਹੈਗੇ ਆ ਤੇ ਤੁਸੀਂ ਪਲੀਜ਼ ਇਸ ਸ਼ੋਅ ਤੇ ਆਉਣਾ ਚਾਹੁੰਦੇ ਆ ਤਾਂ ਸਾਨੂੰ 5597018000 ਤੇ ਟੈਕਸ ਕਰਕੇ ਸਾਡੇ ਨਾਲ ਜ਼ਰੂਰ ਰਾਬਤਾ ਕਾਇਮ ਕਰੋ। ਤੇ ਆਪਾਂ ਮਿਲਦੇ ਹਾਂ ਪਰਮੀ ਭਾਅ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਭਾਅ ਜੀ ਬਿਲਕੁਲ। ਆਪਣੇ ਕਰਜ਼ੇ ਚੋਂ 60% ਤੱਕ ਮਾਫ ਕਰਵਾਓ, IRS ਦਾ ਡੈਟ ਸੈਟਲ ਕਰਵਾਓ। ਪੂਰੇ ਨਾਰਥ ਅਮਰੀਕਾ ਦੀ ਭਰੋਸੇਮੰਦ ਡੈਟ ਸੈਟਲਮੈਂਟ ਕੰਪਨੀ, ਕੋਈ ਫੀਸ ਨਹੀਂ ਜਦ ਤੱਕ ਕਰਜ਼ਾ ਸੈਟਲ ਨਾ ਹੋ ਜਾਏ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਸਵਾਗਤ ਹੈ ਜੀ ਤੁਹਾਡਾ ਬ੍ਰੇਕ ਤੋਂ ਬਾਅਦ। ਅਤੇ ਜਿੱਦਾਂ ਕਿ ਆਪਾਂ ਅੱਜ ਗੱਲ ਕਰ ਰਹੇ ਸੀਗੇ ਪਰਮਪ੍ਰੀਤ ਭਾਅ ਜੀ ਉਹਨਾਂ ਨਾਲ, ਅਤੇ ਪੰਨੂ ਸਾਹਿਬ ਦੇ ਨਾਲ ਫਿਰ ਤੋਂ ਗੱਲ ਸ਼ੁਰੂ ਕਰਦੇ ਕਿ ਕਾਫੀ ਇੰਟਰਸਟਿੰਗ ਗੱਲ ਹੈਗੀ ਆ। ਭਾਅ ਜੀ ਵੈਲਕਮ ਬੈਕ। ਥੈਂਕ ਯੂ ਭਾਅ ਜੀ, ਥੈਂਕ ਯੂ ਜੀ। ਅਤੇ ਆਪਾਂ ਜਿੱਦਾਂ ਕਿ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ 'ਚ ਗੱਲ ਕਰ ਰਹੇ ਸੀਗੇ ਸੰਘਾ ਭਾਅ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ, ਅਤੇ ਤੁਹਾਡੇ ਕੁਛ ਵਿਚਾਰ ਮੈਨੂੰ ਆਫ ਏਅਰ ਵੀ ਮੈਨੂੰ ਤੁਸੀਂ ਗੱਲ ਕਰ ਰਹੇ ਸੀ ਆਪਾਂ ਗੱਲ ਕਰਨੀ ਆ, ਤੁਹਾਡੇ ਨਾਲ ਕਿੱਦਾਂ ਦੀ ਉਹਨਾਂ ਦੀ ਗੱਲਬਾਤ ਹੁੰਦੀ ਹੈ, ਤੁਹਾਡੇ ਤੱਕ ਪਹੁੰਚ ਕਰਦੇ ਆ? ਹਾਂਜੀ, ਆਪਣੀ ਇਹਨਾਂ ਨਾਲ ਬਹੁਤ ਵਾਰੀ ਮੁਲਾਕਾਤ ਹੋਈ ਹੈ। ਬਹੁਤ ਪਹਿਲਾਂ ਤੇ ਬਹੁਤ ਹੀ ਸੁਲਝੇ ਹੋਏ ਇਨਸਾਨ ਨੇ ਤੇ ਬੜੇ ਤਕੜੇ ਅਹੁਦੇ ਤੇ ਨੇ, ਤੇ ਸਾਨੂੰ ਮਾਣ ਹੋਣਾ ਚਾਹੀਦਾ। ਸਾਡੀ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਆ, ਤੇ ਉਹਨਾਂ ਦਾ ਹਮੇਸ਼ਾ ਹੀ ਸਾਡੀ ਜਦੋਂ ਗੱਲਬਾਤ ਹੋਈ ਆ ਅਸੀਂ ਹਮੇਸ਼ਾ ਹੀ, ਕਿਉਂਕਿ ਸਾਡੀ ਇੰਡਸਟਰੀ ਜਿਹੜੀ ਆ ਸੈਂਟਰਲ ਵੈਲੀ ਟਰੱਕਿੰਗ ਡੋਮੀਨੇਟ, ਟਰੱਕਿੰਗ 'ਚ ਹੀ ਆ ਬੰਦੇ ਸਾਰੇ ਆਪਣੇ ਮੈਜੋਰਟੀ ਦੇ ਵਿੱਚ ਜੀ। ਉਹ ਜਦੋਂ ਮੁੰਡੇਰੇ ਇਹਨਾਂ ਨੇ ਪਹਿਲਾਂ ਸਕੂਲ ਖੋਲਿਆ ਹੈ ਨਾ, ਤੇ ਮੇਰੇ ਕੋਲ ਵੀ ਇੰਸਟਰਕਟਰ ਵਾਸਤੇ ਉਹਨਾਂ ਨੇ ਅਪਰੋਚ ਕੀਤੀ ਵੀ ਤੁਸੀਂ ਭਾਜੀ ਇੰਸਟਰਕਟਰ ਬਣ ਜਾਓ ਉੱਥੇ, ਹੈ ਨਾ। ਸੋ ਆਈ ਲਵ ਟੂ, ਪਰ ਮੇਰੇ ਕੋਲ ਥੋੜ੍ਹਾ ਟਾਈਮ ਇਸ ਵਕਤ ਭਾਜੀ। ਹਾਂਜੀ ਹਾਂਜੀ। ਉਹ ਵੇਖੋ ਉਹਨਾਂ ਦਾ ਬੜਾ ਵੱਡਾ ਇਨੀਸ਼ੀਏਟਿਵ ਹੈ, ਉਹਨਾਂ ਨੇ ਵੇਖੋ ਇੱਕ ਸਾਡੇ ਬੱਚਿਆਂ ਵਾਸਤੇ ਇੱਕ ਟੈਕਨੀਕਲ ਫੀਲਡ ਪ੍ਰੋਪਰ ਚੈਨਲ ਦੇ ਥਰੂ ਫ੍ਰਿਜ਼ਨੋ ਸਿਟੀ ਫ੍ਰਿਜ਼ਨੋ ਸਟੇਟ ਦੇ ਨਾਲ ਕਰਕੇ ਉਹਨਾਂ ਨੇ ਇੱਕ ਆਪਣਾ ਟੈਕਨੀਕਲ ਐਜੂਕੇਸ਼ਨ ਜਿਹੜਾ ਪ੍ਰੋਪਰ ਖੋਲਿਆ ਪਿਆ। ਉਹਦੇ ਵਿੱਚ ਆਪਾਂ ਹੁਣ ਇੱਥੇ ਇੱਕ ਹੋਰ ਚੱਕਰ ਚੱਲ ਜਾਂਦਾ, ਹੁਣ ਉਹ ਜਿਹੜੀ ਫ੍ਰਿਜ਼ਨੋ ਸਿਟੀ ਜਾਂ ਮੁੰਡੇਰਾ ਜਿਹੜਾ ਆਪਣਾ ਸਿਟੀ ਕਾਲਜ ਆ, ਉਹ ਸਾਡੇ ਡਰਾਈਵਿੰਗ ਸਕੂਲ ਉਹਨਾਂ ਨੇ ਸ਼ੁਰੂ ਕੀਤਾ, ਟਰੱਕ ਡਰਾਈਵਿੰਗ ਸਕੂਲ। ਅੱਛਾ, ਹੁਣ ਮੈਨੂੰ ਆਈ ਵਿਲ 100% ਮੈਂ ਪੋਜ਼ਿਟਿਵ ਹੈਗਾ, ਜਿਹੜੇ ਬੱਚੇ ਉੱਥੋਂ ਲਾਇਸੈਂਸ ਲੈਣਗੇ ਉਹ ਪ੍ਰੋਪਰ ਹੀ ਡਰਾਈਵਿੰਗ ਦੇ ਅਸੂਲ, ਡਰਾਈਵਿੰਗ ਨੂੰ ਕਿੱਦਾਂ ਚਲਾਉਣਾ ਆ, ਸਾਰਾ ਕੁਛ ਹੈ ਨਾ, ਪੂਰਾ ਟੈਕਨੀਕਲ ਤਰੀਕੇ ਨਾਲ ਸਿੱਖਣਗੇ। ਉਸ ਸਕੂਲ ਨੂੰ ਚਲਾਉਣਾ ਜਿਹੜਾ ਹੈ, ਇੱਕ ਆਪਾਂ ਜੇ ਕੰਪੇਅਰ ਕਰੀਏ ਦੂਜੇ ਆਪਣੇ ਹੋਰ ਜਨੈਰਿਕ ਸਕੂਲ ਜਿਹੜੇ ਪ੍ਰਾਈਵੇਟ ਓਨਡ ਹੈਗੇ ਆ ਇੰਡਸਟਰੀ ਦੇ ਵਿੱਚ, ਆਪਾਂ ਸਾਰਿਆਂ ਨੂੰ ਪਤਾ ਕਿ ਸਾਡਾ ਸਟੈਂਡਰਡ ਜਿਹੜਾ, ਖਾਸ ਕਰ ਮੈਂ
ਇੱਕ ਗੱਲ ਕਹਿ ਹੀ ਦੇਣੀ ਚਾਹੂੰਗਾ ਵੀ ਪੰਜਾਬੀ ਟਰੈਕਿੰਗ ਸਕੂਲ ਜਿਹੜੇ ਆ ਉਹ ਉਹਨਾਂ ਦੇ ਹਾਲਾਤ ਜਿਹੜੇ ਆ ਉਹਨਾਂ ਦੀ ਟ੍ਰੇਨਿੰਗ ਜਿਹੜੀ ਆ ਭਾਈ ਤੁਹਾਡੀ ਆਵਾਜ਼ ਬੰਦ ਹੋ ਗਈ। ਹਾਂਜੀ ਹਾਂਜੀ ਸੋ ਮਤਲਬ ਜਿਹੜਾ ਹੁਣ ਵੇਖੋ ਜਿਹੜਾ ਬੱਚਾ ਉੱਥੇ ਜਾ ਕੇ ਲਾਇਸੈਂਸ ਲਊਗਾ ਉਹ ਹੀ ਵਿਲ ਬੀ ਉਹਨੇ ਡਿਫਰੈਂਟ ਲੈਵਲ ਉਹਦੀ ਸਟਾਰਟਿੰਗ ਹੀ ਡਿਫਰੈਂਟ ਲੈਵਲ ਤੋਂ ਹੋਣੀ ਆ ਜੀ ਸੋ ਉਹਨਾਂ ਸੰਘਾਂ ਭਾਈ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਾਡੀ ਇੰਡਸਟਰੀ ਆ ਤੇ ਬਹੁਤ ਹੀ ਸੰਸੀਅਰ ਨੇ ਤੇ ਬਹੁਤ ਹੀ ਪੱਕੇ ਇਰਾਦੇ ਨਾਲ ਉਹਦੇ ਪਿੱਛੇ ਲੱਗਿਆ ਕਿ ਆਪਾਂ ਇਸ ਇੰਡਸਟਰੀ ਨੂੰ ਟੈਕਨੀਕਲ ਲੈਵਲ ਦੇ ਉੱਪਰ ਲੈ ਕੇ ਜਾਣਾ ਆ ਜਿੱਥੇ ਕਿ ਸਾਡੇ ਬੱਚੇ ਜਿਹੜੇ ਆ ਉਹ ਮਕੈਨਿਕ ਹੋਵੇ ਡਰਾਈਵਰ ਹੋਵੇ ਪ੍ਰੋਪਰ ਤਰੀਕੇ ਨਾਲ ਆਪਣਾ ਟ੍ਰੇਨਿੰਗ ਲੈ ਕੇ ਤੇ ਆਪਣਾ ਕੈਰੀਅਰ ਸ਼ੁਰੂ ਕਰਨ ਦੈਨ ਇਟ ਵਿਲ ਬੀ ਡਿਫਰੈਂਟ ਬਿਲਕੁਲ ਬਿਲਕੁਲ। ਤੇ ਪੰਨੂ ਭਾਈ ਅੱਜ ਆਪਾਂ ਹੁਣ ਹੁਣ ਜਿਹੜੀ ਆਪਣੀ ਸੈਗਮੈਂਟ ਅੱਗੇ ਤੋਰ ਦਿਓ ਆਪਾਂ ਗੱਲ ਕਰੀਏ ਕਿ ਅੱਜ ਦੀ ਟਰੈਕਿੰਗ ਜਿਹੜੀ ਆ, ਅੱਜ ਦੀ ਟਰੈਕਿੰਗ ਬਹੁਤ ਹਰਟ ਹੋ ਰਹੀ ਆ, ਬਹੁਤ ਕੰਪਨੀਜ਼ ਜਿਹੜੀਆਂ ਇਸ ਵੇਲੇ ਹਰਟ ਹੋ ਰਹੀਆਂ, ਜਾਂ ਬਹੁਤ ਕੰਪਨੀਆਂ ਜਿਹੜੀਆਂ ਕਿ ਜਿਨ੍ਹਾਂ ਨੇ ਕਹਿ ਲਓ ਵੀ ਪਿਛਲੇ 4-5 ਸਾਲਾਂ ਦੇ ਵਿੱਚ ਕਾਫੀ ਤਰੱਕੀ ਕਰ ਲਈ ਸੀ, ਇਸ ਵੇਲੇ ਬੈਡ ਸ਼ੇਪ 'ਚ ਚੱਲ ਰਿਹਾ ਹੈਗਾ ਸਾਰਾ ਕੁਝ। ਸੋ ਉਹ ਉਹਤੇ ਜੇ ਗੱਲ ਕਰੀਏ, ਤੁਹਾਡਾ ਕੀ ਖਿਆਲ ਹੈਗਾ ਕਿ ਇਸ ਵੇਲੇ ਜਿਹੜਾ ਜੋ ਮਾਹੌਲ ਚੱਲ ਰਿਹਾ ਹੈਗਾ, ਇਹਦੇ ਬਦਲਣ ਦੀ ਆਸ ਕਦੋਂ ਤੱਕ ਹੈਗੀ ਆ? ਕਿਉਂਕਿ ਹਰ ਇੱਕ ਬੰਦੇ ਦਾ ਇਹ ਹੈਗਾ, ਔਰ ਮੈਂ ਵੀ ਕਾਫੀ ਆਰਟੀਕਲਸ ਪੜ੍ਹਦਾ ਹੈਗਾ ਔਰ ਸੁਣਦਾ ਕਾਫੀ ਜਣਿਆਂ ਨੂੰ, ਤੁਹਾਡਾ ਕੀ ਖਿਆਲ ਹੈਗਾ ਕਿ ਕਦੋਂ ਕੁ ਤੱਕ ਇਸ ਸਿਚੁਏਸ਼ਨ ਦੇ ਵਿੱਚ ਆ ਜਿਹੜਾ ਆਪਣਾ ਮੋੜ ਪੈਣ ਦੀ ਆਸ ਹੈਗੀ? ਹਾਂਜੀ ਭਾਈ ਹੁਣ ਜਿਹੜਾ ਅੱਜ ਦੀ ਕਰੰਟ ਸਿਚੁਏਸ਼ਨ ਆ ਥੋੜ੍ਹੀ ਜਿਹੀ ਮਾੜੀ ਆ ਟਰੈਕਿੰਗ ਵਾਸਤੇ ਖੈਰ ਪਰ ਇੰਦਾ ਮੇਨ ਟਾਈਮ ਮੈਂ ਕਹਿੰਦਾ ਵੀ ਕਿਸੇ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਮਾੜੇ ਚੰਗੇ ਸਮੇਂ ਆਉਂਦੇ ਹੀ ਆ ਇਹ ਮਾਰਕੀਟ ਦੀ ਕਰੈਕਸ਼ਨ ਹੋਣੀ ਆ ਇਹਨੂੰ ਟਾਈਮ ਲੱਗੂਗਾ ਮੇਰਾ ਖਿਆਲ ਸਾਲ ਖੰਡ ਤੱਕ ਇਹ ਜਿਹੜੀ 2 ਸਾਲ ਕੋਵਿਡ ਦੇ ਦੌਰਾਨ ਜਿਹੜੀ ਸੀ ਨਾ ਸਾਡੀ ਮਾਰਕੀਟ ਉਹਦੇ ਵਿੱਚ ਜਿਹੜੇ ਬੰਦੇ ਓਵਰ ਗਰੋ ਕਰ ਗਏ ਆ ਜਿਹੜੇ ਬੰਦਿਆਂ ਦੀ ਓਵਰ ਗਰੋਥ ਹੋਈ ਆ ਉਹੀ ਬੰਦਿਆਂ 'ਚ ਪ੍ਰੋਬਲਮ ਦੇ ਵਿੱਚ ਨੇ ਅਸੀਂ ਉਦੋਂ ਬਹੁਤ ਆਪਾਂ ਉਦੋਂ ਵੀ ਲੋਕਾਂ ਨੂੰ ਰੋਕਦੇ ਰਹੇ ਕਿ ਵੀ ਇੰਨੇ 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 ਮਹਿੰਗੇ ਟਰੱਕ ਲਾਓ ਨਾ ਲਾਓ ਤੁਸੀਂ ਜਾਂ ਮਤਲਬ ਇੰਡਸਟਰੀ ਇੱਥੇ ਨਹੀਂ ਰਹਿਣੀ ਪਰ ਉਹ ਬੰਦਿਆਂ ਦਾ ਫਲੋ ਬਣ ਗਿਆ ਉਦੋਂ ਵੀ ਇਹ ਮਾਰਕੀਟ ਸਟੇਬਲ ਹੋ ਗਈ ਆ ਇੱਥੇ ਸਟੈਂਡਰਡ ਹੋ ਗਿਆ ਮਾਰਕੀਟ ਦਾ ਪਰ ਇਹ ਟਰੈਕਿੰਗ ਤੇ ਬਿਲਕੁਲ ਵੇਖੋ ਸਪਲਾਈ ਡਿਮਾਂਡ ਇਕਨੋਮਿਕਸ ਹੈ ਹਾਂਜੀ ਹਾਂਜੀ ਉਦੋਂ ਡਿਮਾਂਡ ਸੀਗੀ ਤੇ ਰੇਟ ਮਿਲਦੇ ਸੀਗੇ ਤੇ ਲੋਕਾਂ ਨੇ ਤਾਂ ਧੜਾ ਧੜ ਮਹਿੰਗੇ ਟਰੱਕ ਲੈ ਕਿੱਡੇ ਰੇਟਾਂ ਤੇ ਹੁਣ ਜਿਹੜਾ ਚੱਕਰ ਆ ਕਿ ਹੁਣ ਇਹਨੂੰ ਇਟ ਵਿਲ ਟੇਕ ਜੀਅਰ ਅਟ ਯੂ ਮੇ ਬੀ ਮਾਰਕੀਟ ਨੇ ਆਪਣੇ ਆਪ ਕਰੈਕਸ਼ਨ ਕਰ ਲੈਣੀ ਜਿਹੜਾ ਇਕਵਿਪਮੈਂਟ ਮਾਰਕੀਟ ਦੇ ਵਿੱਚ ਬਹੁਤ ਪਿਆ ਆ ਇਹਨੂੰ ਸਟੇਬਲ ਹੋਣ ਵਾਸਤੇ ਟਾਈਮ ਲੱਗਣਾ ਆ ਪਰ ਜਿਹੜਾ ਬੰਦਾ ਹੁਣ ਜੁੜਿਆ ਆ ਜਿਹਨੇ ਟਰੱਕ ਲਏ ਆ ਹਨਾ ਉਹ ਹੁਣ ਇਹਨੂੰ ਹੋਲਡ ਕਰਨ ਇਹਨੂੰ ਘਬਰਾ ਕੇ ਵਿੱਚੋਂ ਨਿਕਲਣਾ ਮੇਰਾ ਖਿਆਲ ਮੇਰਾ ਐਕਸਪੀਰੀਅੰਸ ਕਹਿੰਦਾ ਜੇ ਟਰੈਕਿੰਗ ਦੇ ਵਿੱਚ ਤੁਸੀਂ ਲੂਜ਼ ਕੀਤਾ ਤੇ ਟਰੈਕਿੰਗ ਨਹੀਂ ਤੁਹਾਨੂੰ ਦੁਬਾਰਾ ਪੈਸੇ ਉਹ ਮੇ ਕਰਕੇ ਦੇਣੇ ਆ ਜੀ ਸੋ ਜਸਟ ਹੋਲਡ ਟਾਈਟ ਚੰਗੇ ਹੁਣ ਤੁਸੀਂ ਇਸ ਸਮੇਂ ਦੇ ਵਿੱਚ ਚੰਗੇ ਬ੍ਰੋਕਰ ਨਾਲ ਕੰਮ ਕਰੋ ਜਿਹੜਾ ਤੁਹਾਨੂੰ ਟਾਈਮ ਨਾਲ ਪੇਮੈਂਟ ਦਿੰਦਾ ਆ ਆਪਣਾ ਤੁਸੀਂ ਡਿਊ ਡਿਲੀਜੈਂਸ ਕਰੋ ਸਾਰੇ ਬ੍ਰੋਕਰਾਂ ਦੇ ਨਾਲ ਤੁਹਾਨੂੰ ਕਿਵੇਂ ਪੇ ਕਰ ਰਿਹਾ ਉਹਦੀ ਪੇਮੈਂਟ ਕਰਮ ਟਰਮਸ ਕੀ ਹੈਗੀਆਂ ਨੇ ਤੁਹਾਨੂੰ ਕਿੱਦਾਂ ਟ੍ਰੀਟ ਕਰਦਾ ਉਹ ਸਾਰੀਆਂ ਗੱਲਾਂ ਆਪਣੇ ਤੁਸੀਂ ਜੇ ਧਿਆਨ ਦੇ ਵਿੱਚ ਰੱਖ ਕੇ ਕੰਮ ਕਰੋਗੇ ਤੇ ਯੂ ਵਿਲ ਬੀ ਫਾਈਨ ਮੇਰੇ ਖਿਆਲ ਇਸ ਦੇ ਲਈ ਵਿੱਚ ਆਪਾਂ ਜਿਹੜੀਆਂ ਮੇਰੇ ਖਿਆਲ ਦੇ ਵਿੱਚ ਭਾਜੀ ਜਿਹੜੀਆਂ ਛੋਟੀਆਂ ਕੰਪਨੀਆਂ ਹੈਗੀਆਂ ਆ, ਛੋਟੀਆਂ ਤੋਂ ਮਿਡ ਸਾਈਜ਼ ਕੰਪਨੀਆਂ ਹੈਗੀਆਂ, ਉਹਨਾਂ ਦੇ ਲਈ ਇੱਕ ਗੁੱਡ ਸਮਾਂ ਵੀ ਹੈਗਾ ਟੂ ਕਲੀਨ ਅਪ ਉਹਨਾਂ ਦੀ ਮੈਸ ਜਿਹੜੀ ਹੈਗੀ ਆ, ਜਾਂ ਜਿੱਥੇ ਕਿਤੇ ਉਹਨਾਂ ਦੀ ਕਮੀਆਂ ਪੇਸ਼ੀਆਂ ਹੈਗੀਆਂ, ਸੋ ਇਸ ਟਾਈਮ ਉਹ ਪੂਰੀਆਂ ਕਰ ਸਕਦੇ ਹੈਗੇ ਆ। ਜੇ ਡਾਊਨ ਸਾਈਜ਼ਿੰਗ ਕਰਨ ਦੀ ਲੋੜ ਹੈ, ਡਾਊਨ ਸਾਈਜ਼ਿੰਗ ਕਰ ਸਕਦੇ। ਕੀ ਤੁਹਾਡਾ ਇਹਦੇ ਵਿੱਚ? ਹਾਂਜੀ ਭਾਜੀ ਵੇਖੋ ਜਿੱਦਾਂ ਹੁਣ ਫਰੇਟ ਥੋੜਾ ਜਿਹਾ ਘੱਟ ਗਿਆ ਮਾਰਕੀਟ ਦੇ ਵਿੱਚ ਨਾ ਡਿਮਾਂਡ ਦੇ ਹਿਸਾਬ ਨਾਲ ਹੁਣ ਪਰ ਦੂਜੇ ਪੰਨੇ ਜੇ ਤੁਸੀਂ ਡਾਊਨ ਸਾਈਜ਼ ਕਰਦੇ ਆ ਤੇ ਤੁਹਾਡਾ ਜਿਹੜਾ ਇਕਵਿਪਮੈਂਟ ਹੈ ਤੁਸੀਂ ਮਾਰਕੀਟ 'ਚ ਬਾਹਰ ਕੱਢਣਾ ਚਾਹੁੰਦੇ ਆ ਜਾਂ ਉਹਨੂੰ ਤੁਸੀਂ ਮਤਲਬ ਆਕਸ਼ਨ 'ਚ ਲੈ ਕੇ ਜਾਣਾ ਚਾਹੁੰਦੇ ਆ ਤੇ ਤੁਹਾਡੀ ਉਹਦੀ ਕੋਈ ਰਿਟਰਨ ਨਹੀਂ ਹੈਗੀ ਮਾਰਕੀਟ 'ਚ ਇਕਵਿਪਮੈਂਟ ਬਹੁਤ ਪਿਆ ਆ
ਸੋ ਮੇਰੇ ਖਿਆਲ ਹੈ ਵੀ ਜੇ ਤੁਸੀਂ ਚੱਲ ਰਹੇ ਆ ਇਹਨੂੰ ਇਸੇ ਤਰ੍ਹਾਂ ਚੱਲਣ ਦਿਓ ਤਾਂ ਦੈਟ ਵਿਲ ਬੀ ਬੈਨੀਫਿਟ ਇਨ ਲੌਂਗ ਟਰਮ। ਜੇ ਤੁਸੀਂ 2 4 6 ਮਹੀਨੇ ਕੱਢੋਗੇ ਤਾਂ ਮਾਰਕੀਟ ਨੇ ਹੌਲੀ ਹੌਲੀ ਅਪਵਰਡ ਆਉਣਾ ਸ਼ੁਰੂ ਹੋ ਜਾਣਾ ਆ, ਕਿਉਂਕਿ ਇੱਕ ਤਾਂ ਨਵੇਂ ਬੰਦਿਆਂ ਦੀ ਬ੍ਰੇਕ ਲੱਗ ਗਈ ਬਿਲਕੁਲ, ਹੁਣ ਨਵੇਂ ਬੰਦੇ ਇੰਡਸਟਰੀ 'ਚ ਨਹੀਂ ਆ ਰਹੇ ਕਿਉਂਕਿ ਉਹਨਾਂ ਨੂੰ ਪਤਾ ਇੰਡਸਟਰੀ ਡਾਊਨ ਜਾ ਰਹੀ ਆ। ਸੋ ਜਿਹੜੇ ਬੰਦੇ ਇੰਡਸਟਰੀ ਦੇ ਵਿੱਚ ਹੈਗੇ ਆ ਮੇਰਾ ਖਿਆਲ ਜੇ ਉਹ ਇਹਨੂੰ ਹੈਂਗ ਔਨ ਕਰਨ ਇਹਦੇ 'ਤੇ ਤਾਂ ਦੇ ਵਿਲ ਬੀ ਯੂ ਨੋ ਸਕਸੈਸਫੁਲ ਵਨ ਡੇ। ਤੇ ਖਾਸ ਕਰਕੇ ਜਿਹੜਾ ਡਰਾਈਵਰ ਕਮਿਊਨਿਟੀ ਹੈਗੀ ਆ ਉਹਦੇ ਲਈ ਆਪਾਂ ਕੀ ਸੋਚਦੇ ਹੈਗੇ ਆ? ਮੇਰਾ ਉਹਨਾਂ ਦੇ ਲਈ ਇਸ ਵੇਲੇ ਹੈਗਾ ਕਿ ਜੇ ਤੁਸੀਂ ਮੇਰਾ ਜਿਹੜਾ ਸੋਚ ਜਾਂ ਪਰਸਪੈਕਟਿਵ ਹੈਗਾ ਕਿ ਤੁਸੀਂ ਇਸ ਵੇਲੇ ਜੇ ਟ੍ਰੇਨਿੰਗ ਲੈ ਰਹੇ ਹੈਗੇ ਆ ਤੇ ਬੜੀ ਡੀਟੇਲ ਟ੍ਰੇਨਿੰਗ ਲਓ, ਮਤਲਬ ਕਾਹਲੀ ਨਾ ਕਰੋ, ਬਈ ਕਾਹਲੀ ਚਾਣ ਕੇ ਤੁਸੀਂ ਲਾਇਸੈਂਸ ਲੈ ਕੇ ਫਟਾਫਟ ਐਂਟਰ ਕਰਨ ਦੀ ਕੋਸ਼ਿਸ਼ ਨਾ ਕਰੋ, ਜਦਕਿ ਉਸ ਤੋਂ ਬਿਨਾਂ ਤੁਸੀਂ ਡੂ ਡਿਲੀਜੈਂਸ ਆਪਣੀ ਕਰਕੇ, ਤਸੱਲੀ ਦੇ ਨਾਲ ਆਪਣੀ ਟ੍ਰੇਨਿੰਗ ਕਰਕੇ ਤੇ ਤਾਂ ਅਗਾਂਹ ਵਧੋ। ਮੇਰੇ ਖਿਆਲ ਦੇ ਵਿੱਚ ਇਹ ਮੇਰਾ ਪੁਆਇੰਟ ਆਫ ਵਿਊ ਹੈਗਾ, ਤੁਸੀਂ ਕੀ ਸੋਚਦੇ ਇਹਦੇ ਬਾਰੇ? ਬਿਲਕੁਲ ਭਾਜੀ, ਜਿਹੜਾ ਬੰਦਾ ਸਟਾਰਟਿੰਗ ਦੇ ਵਿੱਚ ਜਿਹੜਾ ਡਰਾਈਵਿੰਗ 'ਚ ਆ ਰਿਹਾ ਨਾ, ਦੇਖੋ ਡਰਾਈਵਿੰਗ ਤੁਸੀਂ ਜਿੱਦਾਂ ਦੇ ਸਕੂਲ ਤੋਂ ਸਿੱਖ ਕੇ ਤੁਹਾਡੀ ਉਦੋਂ ਦੀ ਹੈਬਿਟਸ ਬਣ ਜਾਣੀਆਂ ਜੇ। ਸੋ ਡਰਾਈਵਿੰਗ ਲਾਇਸੈਂਸ ਤੁਸੀਂ ਕਿੱਥੋਂ ਲੈਣਾ ਆ? ਤੁਸੀਂ ਉਹ ਆਪਣਾ ਬਹੁਤ ਸਾਰੇ ਸਕੂਲ ਹੈਗੇ ਮਾਰਕੀਟ ਦੇ ਵਿੱਚ ਚੰਗੇ ਮਾੜੇ, ਕੋਸ਼ਿਸ਼ ਕਰੋ ਕਿ ਇੱਕ ਬਹੁਤ ਹੀ ਵਧੀਆ ਇੰਸਟੀਚਿਊਟ ਤੋਂ ਜਾ ਕੇ ਤੁਸੀਂ ਲਾਇਸੈਂਸ ਲਓ। ਫਸਟ ਆਫ ਆਲ ਤੁਹਾਡੀ ਸਾਰੀ ਟ੍ਰੇਨਿੰਗ ਜਿਹੜੀ ਪ੍ਰੋਪਰ ਤਰੀਕੇ ਨਾਲ ਹੋਊਗੀ, ਤੁਹਾਨੂੰ ਪ੍ਰੋਪਰ ਤਰੀਕੇ ਨਾਲ ਪਤਾ ਲੱਗ ਜੂਗਾ, ਕਿਉਂਕਿ ਤੁਹਾਡਾ ਤੁਹਾਡਾ ਜਿਹੜਾ ਸਟਾਰਟਿੰਗ ਉੱਥੋਂ ਹੀ ਆ, ਸਟਾਰਟਿੰਗ ਪੁਆਇੰਟ ਡਰਾਈਵਰ ਤੋਂ। ਤੁਸੀਂ ਕੱਲ੍ਹ ਨੂੰ ਓਨਰ ਆਪਰੇਟਰ ਬਣਨਾ ਜੀ, ਓਨਰ ਆਪਰੇਟਰ ਤੋਂ ਤੁਸੀਂ ਅੱਗੇ ਟਰੈਕਿੰਗ ਓਨਰ, ਟਰੈਕਿੰਗ ਕੰਪਨੀ ਦੇ ਓਨਰ ਬਣਨਾ ਆ। ਸੋ ਤੁਹਾਡੀ ਸਟਾਰਟਿੰਗ ਜਿਹੜੀ ਹੋਣੀ ਸਹੀ ਆ ਉਹ ਬਹੁਤ ਹੀ ਜ਼ਰੂਰੀ ਆ ਮੇਰੇ ਖਿਆਲ ਨਾਲ। ਸੋ ਇਸ ਕਰਕੇ ਚੰਗੇ ਸਕੂਲ ਤੋਂ ਆਪਣਾ ਲਾਇਸੈਂਸ ਲੈ ਕੇ ਤੁਸੀਂ ਆਪਣਾ ਕੈਰੀਅਰ ਸ਼ੁਰੂ, ਕਾਹਲੇ ਨਾ ਪਾਓ, ਇਟ ਵਿਲ ਟੇਕ ਟਾਈਮ। ਚੰਗੇ ਸਕੂਲ ਜਾਓਗੇ ਤੁਹਾਨੂੰ 4 ਤੋਂ 5 ਮਹੀਨੇ ਲੱਗਣੇ ਲਾਇਸੈਂਸ ਲੈਣ ਨੂੰ। ਆਮ ਰੈਗੂਲਰ ਸਕੂਲ ਤੁਸੀਂ ਜਾਓਗੇ ਤਾਂ ਉਹਨਾਂ ਤੁਹਾਨੂੰ ਕਹਿਣਾ ਵੀ ਭਾਜੀ 15 ਦਿਨਾਂ 'ਚ ਲਾਇਸੈਂਸ ਮਿਲ ਜੂਗਾ। ਮੇਰੇ ਖਿਆਲ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਉਹ ਆ ਟਾਈਮ ਦੀ, ਜੇ ਤੁਸੀਂ ਹੁਣ 4 ਮਹੀਨੇ ਲਾ ਕੇ ਤੇ ਆਪਣੀ ਪ੍ਰੋਪਰ ਤਰੀਕੇ ਨਾਲ ਲਾਇਸੈਂਸ ਲੈ ਲਓਗੇ ਤੇ ਤੁਹਾਨੂੰ ਉਹ ਲੌਂਗ ਟਰਮ ਦੇ ਵਿੱਚ ਬਹੁਤ ਹੀ ਬੈਨੀਫਿਸ਼ਲ ਰਹੂਗਾ। ਜਿੱਦਾਂ ਭਾਜੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਾਂ ਜਦੋਂ ਛੋਟਾ ਜਿਹਾ ਬੱਚਾ ਹੁੰਦਾ ਹੈ ਉਹ ਕਿੰਡਰਗਾਰਟਨ ਜਾਣਾ ਹੈ, ਫਸਟ ਗ੍ਰੇਡ ਜਾਣਾ ਹੈ, ਤੇ ਆਪਾਂ ਦੇਖਦੇ ਹਾਂ ਵੀ ਆਪਣਾ ਸਕੂਲ ਜਿਹੜਾ ਆਪਾਂ ਘਰ ਵੀ ਉੱਥੇ ਲਈਏ ਜਿੱਥੇ ਵਧੀਆ ਸਕੂਲ ਹੋਣ, ਆਪਾਂ ਸਕੂਲਾਂ ਦੇ ਪਿੱਛੇ ਜਾਂਦੇ ਹਾਂ, ਆਪਾਂ ਕਈ ਕੁਝ ਚੈੱਕ ਕਰਦੇ ਹਾਂ ਸਕੂਲ ਦਾ, ਕਈ ਮਤਲਬ ਕਿ ਚੀਜ਼ਾਂ ਡੀਟੇਲ ਦੇ ਵਿੱਚ, ਉਹ ਛੋਟੇ ਜਿਹੇ ਬੱਚੇ ਲਈ ਚਾਹੇ ਉਹਨੇ ਕਿੰਡਰਗਾਰਟਨ ਜਾਣਾ ਤਾਂ ਵੀ ਆਪਾਂ ਬਹੁਤ ਡੀਟੇਲ ਦੇ ਵਿੱਚ ਉਹ ਸਕੂਲ ਦੇ ਬਾਰੇ ਦੇ ਵਿੱਚ ਪਤਾ ਕਰਦੇ ਹਾਂ। ਤੇ ਕੀ ਸਾਡੇ ਜਦੋਂ ਯੰਗਸਟਰ ਜਿਹੜੇ ਆ ਉਹ ਜਦੋਂ ਟਰੱਕ ਸਕੂਲ 'ਚ ਜਾਂਦੇ ਆ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਭੈਣ ਭਰਾ ਜਾਂ ਕੋਈ ਵੀ ਜਿਹੜਾ ਆ ਉਹ ਕੋਈ ਵੀ ਇਸ ਸਕੂਲ ਦੇ ਬਾਰੇ 'ਚ ਪਤਾ ਕਰਦਾ ਕਿ ਜਿੱਥੇ ਸਾਡਾ ਬੱਚਾ ਸਕੂਲ ਤੇ ਟਰੱਕ ਸਿੱਖਣ ਚੱਲਿਆ ਆ ਉਹਦੇ ਉਹਦੀ ਕੀ ਰੈਪੂਟੇਸ਼ਨ ਆ, ਉਹ ਕਿੱਦਾਂ ਟਰੱਕ ਸਿਖਾਉਂਦੇ ਆ, ਨਹੀਂ ਸਿਖਾਉਂਦੇ, ਵਧੀਆ ਸਿਖਾਉਂਦੇ ਆ, ਮਾੜਾ ਸਿਖਾਉਂਦੇ, ਕਿੱਦਾਂ ਕਰਦੇ ਆ? ਮੇਰੇ ਖਿਆਲ ਦੇ ਵਿੱਚ ਉਹ ਇੱਕ ਪੁਆਇੰਟ ਵੀ ਜਿਹੜਾ ਉਹ ਮਿਸਿੰਗ ਹੈਗਾ ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਚ। ਬਿਲਕੁਲ ਰਮਨ ਭਾਈ, ਤੁਹਾਡੀ ਬਿਲਕੁਲ ਸਹੀ ਗੱਲ ਹੈ। ਦੇਖੋ ਅਸੀਂ ਕੋਈ ਵੀ ਡਿਊ ਡਿਲੀਜੈਂਸ ਨਹੀਂ ਕਰਦੇ, ਸਾਨੂੰ ਥੋੜ੍ਹਾ ਜਿਹਾ ਨਾ ਕਾਹਲੀ ਜ਼ਿਆਦਾ ਕਰਦੇ ਹਾਂ। ਅਸੀਂ ਦੇਖਦੇ 15 ਦਿਨਾਂ 'ਚ ਲਾਇਸੈਂਸ ਮਿਲ ਜਾਣਾ, $1500 ਲੱਗਣਾ, ਹੈ ਨਾ? ਡੋਂਟ ਲੁੱਕ ਐਟ ਦੈਟ ਪਲੀਜ਼। ਤੁਸੀਂ ਆਪਣਾ ਚੰਗੇ ਸਕੂਲ ਤੋਂ ਲਾਇਸੈਂਸ ਲਓ, ਟਾਈਮ ਲਓ ਅਤੇ 3 4 ਮਹੀਨੇ ਦੇਖੋ ਟਰੱਕ ਚਲਾਉਣਾ। ਇੱਕ ਤਾਂ ਆਪਾਂ ਡਿਫਰੈਂਟ ਸਿਸਟਮ 'ਚੋਂ ਆਏ, ਡਿਫਰੈਂਟ ਕੰਟਰੀ ਤੋਂ ਆਏ ਹਾਂ, ਡਿਫਰੈਂਟ ਡਰਾਈਵਿੰਗ ਸਕਿੱਲਸ ਸਾਡੀਆਂ ਸੀਗੀਆਂ ਉੱਥੇ, ਤੇ ਇੱਥੇ ਸਾਰਾ ਕੁਝ ਡਿਫਰੈਂਟ ਹੈਗਾ, ਹੈ ਨਾ? ਸੋ ਇਟ ਵਿਲ ਟੇਕ ਟਾਈਮ, ਟ੍ਰਾਂਜਿਟ ਦੇ ਵਿੱਚ ਤੁਹਾਨੂੰ ਟਾਈਮ ਲੱਗਣਾ। ਜੇ ਤੁਸੀਂ ਚੰਗੇ ਸਕੂਲ ਤੋਂ 3 4 ਮਹੀਨੇ ਲਾਓਗੇ, ਹੈ ਨਾ, ਠੀਕ ਆ, ਉਹਨਾਂ ਦੀ ਥੋੜ੍ਹੀ ਫੀਸ ਵੀ ਵੱਧ ਹੋਣੀ ਆ, ਪਰ ਉਦੋਂ ਬਾਅਦ ਤੁਸੀਂ ਇਹ ਨਹੀਂ ਹੈਗਾ ਕਿ ਤੁਹਾਨੂੰ ਕੋਈ ਟਰੈਕਿੰਗ ਕੰਪਨੀ ਕਹੂ ਕਿ ਮੇਰੇ 4 ਗੇੜੇ ਫ੍ਰੀ ਲਾ ਦੇ ਤੂੰ। ਹਾਂ ਇਹ ਵੀ ਇੱਕ ਕਲਚਰ ਹੈਗਾ ਨਾ, ਜੇ ਅਸੀਂ ਉੱਥੋਂ ਪੈਸੇ ਸੇਵ ਕਰ ਲਏ, ਟਾਈਮ ਸੇਵ ਕਰ ਲਿਆ, ਤੇ ਤੁਸੀਂ ਫਿਰ ਮਾਰਕੀਟ ਦੇ ਵਿੱਚ ਆਣ ਕੇ 4 5 ਗੇੜੇ ਕਿਸੇ ਨਾਲ ਫ੍ਰੀ ਲਾ ਰਹੇ, ਜਾਂ ਤੁਸੀਂ ਟਾਈਮ ਤੇ ਉਹਨਾਂ ਹੀ ਲੂਜ਼ ਕਰ ਗਏ, ਬਿਲਕੁਲ ਪੈਸੇ ਵੀ ਲੂਜ਼ ਕਰ ਗਏ। ਸੋ ਬਿਲਕੁਲ ਇਸ ਮੇਰੇ ਨਾਲ ਕਰਕੇ ਵੀ,
ਮੇਰੇ ਨਾਲ ਇੱਕ, ਮੈਂ ਕੱਲ ਕੱਲ ਦੀ ਗੱਲ ਦੱਸਦਾ, ਮੇਰੇ ਨਾਲ ਗੱਲ ਗੱਲ ਹੋਈ ਸੀ, ਕਿਸੇ ਨੇ ਆਇਆ ਤੇ ਕੋਈ ਕਿਸੇ ਨੂੰ ਜੌਬ ਚਾਹੀਦੀ ਸੀ, ਮੈਂ ਕਿਹਾ ਲਾਇਸੈਂਸ ਕਿੰਨਾ ਪੁਰਾਣਾ, ਕਹਿੰਦੇ 1.5-2 ਮਹੀਨੇ ਪੁਰਾਣਾ ਆ, ਤੇ ਮੈਂ ਕਿਹਾ ਯਾਰ ਮਤਲਬ ਔਖਾ ਆ ਇਸ ਵੇਲੇ, ਮੁਸ਼ਕਲ ਆ ਕਿਉਂਕਿ ਨਵੇਂ ਲਾਇਸੈਂਸ ਨੂੰ ਇੰਸ਼ੋਰੈਂਸ ਵੀ ਨਹੀਂ ਲੈਂਦੀ। ਨਹੀਂ ਕਹਿੰਦਾ ਭਾਜੀ, ਜਿਨ੍ਹਾਂ ਦੇ ਨਾਲ ਅਸੀਂ ਕੰਮ, ਜਿਨ੍ਹਾਂ ਨਾਲ ਮੁੰਡਾ ਜਾਂਦਾ ਆ, ਉਹ ਪੈਸੇ ਨਹੀਂ ਦੇ ਰਹੇ ਉਹਨੂੰ, ਮਤਲਬ ਕਿ ਬਿਲਕੁਲ ਵੀ ਕੋਈ ਵੀ ਚੀਜ਼ ਪੇ ਨਹੀਂ ਕਰਦੇ, ਉਹ ਕਹਿੰਦੇ ਵੀ ਵੈਸੇ ਹੀ ਆ। ਮੈਂ ਕਿਹਾ ਵੀ ਹਾਲ ਦੀ ਘੜੀ ਤੇ ਮੈਂ ਤੈਨੂੰ ਕਹਾਂ ਕਿ ਜਦੋਂ ਅਸੀਂ ਪੁਰਾਣੇ ਟਾਈਮਾਂ ਦੇ ਵਿੱਚ ਚੱਲਦੇ ਹੁੰਦੇ ਸੀ, ਉਦੋਂ 6-6 ਮਹੀਨੇ ਵੀ ਕਈ ਵਾਰੀ ਲਾਉਣਾ ਪੈਂਦਾ ਸੀਗਾ, ਲੋਕਾਂ ਨੂੰ ਜਾ ਕੇ ਟਰੱਕਾਂ ਦੇ ਉੱਤੇ ਟਾਈਮ ਕੱਟਣਾ ਪੈਂਦਾ ਸੀਗਾ, ਲਾਉਣਾ ਪੈਂਦਾ ਸੀ, ਸਿੱਖਣਾ ਪੈਂਦਾ ਸੀਗਾ। ਤੇ ਜਿਹੜੀਆਂ ਮੈਂ ਕਿਹਾ ਗੋਰਿਆਂ ਦੀਆਂ ਕੰਪਨੀਆਂ ਹੈਗੀਆਂ, ਉਹ ਤੁਹਾਨੂੰ ਇਹ ਆ ਵੀ ਰੈਗੂਲਰ ਪੇ ਨਾਲੋਂ 10-15 ਸੈਂਟ ਘੱਟ ਸ਼ੁਰੂ ਕਰਦੀਆਂ, ਤੇ ਜਿਹੜਾ ਹਾਂਜੀ ਤੁਹਾਨੂੰ ਸਿਖਾਉਂਦਾ ਹੁੰਦਾ ਉਹਨੂੰ ਉਹ 4-5 ਸੈਂਟ ਐਕਸਟਰਾ ਦਿੰਦੀਆਂ ਤੁਹਾਨੂੰ ਸਿਖਾਉਣ ਦੇ, ਤੇ ਤੁਸੀਂ ਬਿਲਕੁਲ ਐਟਲੀਸਟ ਕੁਛ ਨਾ ਕੁਛ ਜ਼ਰੂਰ ਬਣਾਉਂਦੇ ਆ, ਪਰ ਉਹ ਤੁਹਾਨੂੰ ਸਿਖਾਉਂਦਾ ਜ਼ਰੂਰ ਆ, ਸਿਖਾਉਂਦਾ ਆ ਤੇ ਨਾਲ ਨਾਲ ਤੁਹਾਨੂੰ ਤਿਆਰ ਕਰਕੇ ਰੈਡੀ ਕਰਕੇ ਕੱਢਦਾ ਆ। ਪਰ ਉੱਥੇ ਵੀ ਬੜੀ ਮਿਸਯੂਜ਼ ਹੈਗੀ ਆ, ਪਰ ਕਿਸੇ ਨਾ ਕਿਸੇ ਢੰਗ ਦੇ ਨਾਲ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਵਿੱਚ ਕੁਛ ਨਾ ਕੁਛ ਸੁਧਾਰ ਹੋਣਾ ਚਾਹੀਦਾ, ਜਿਹੜੀ ਆਪਣੀ ਇਹ ਸਕੂਲ ਦੀ ਪ੍ਰਣਾਲੀ ਚੱਲ ਰਹੀ ਆ ਜਾਂ ਜੋ ਸਕੂਲ ਦਾ ਸਿਸਟਮ ਚੱਲ ਰਿਹਾ, ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ। ਔਰ ਲੋਕਾਂ ਨੂੰ ਚਾਹੀਦਾ ਕਿ ਇਹਦੇ ਵਿੱਚ ਥੋੜ੍ਹਾ ਲੰਮਾ ਸਮਾਂ ਜੇ ਤੁਹਾਨੂੰ ਬਤੀਤ ਕਰਨਾ ਪੈਂਦਾ ਤੇ ਕਰਨਾ ਚਾਹੀਦਾ। ਤੇ ਭਾਜੀ ਅੱਜ ਇੱਕ ਤੁਹਾਡੇ ਕੋਲੋਂ ਇੱਕ ਕੁਐਸਚਨ ਜ਼ਰੂਰ ਪੁੱਛਣਾ ਆ ਕਿ ਜੇ ਪਰਮਪ੍ਰੀਤ ਪੰਨੂ ਦੇ ਹੱਥ ਦੇ ਵਿੱਚ ਹੋਵੇ ਤੇ ਕਿਹੜੀ ਚੀਜ਼ ਉਹ ਚੇਂਜ ਕਰਨੀ ਚਾਹੁੰਗੇ ਟਰੈਕਿੰਗ ਦੇ ਵਿੱਚ ਜਿਹੜੀ ਅੱਜ ਉਹਨਾਂ ਨੂੰ ਬਹੁਤ ਖਲਦੀ ਆ? ਟਰੈਕਿੰਗ ਸਕੂਲ ਭਾਜੀ, ਇੱਕ ਅੰਸਰ ਤੁਸੀਂ ਤੁਸੀਂ ਤਾਂ ਤੁਸੀਂ ਤਾਂ ਪਿਛਲਾ ਜਿਹੜਾ ਚੇਤੇ ਸਬਜੈਕਟ ਹੀ ਠਾ ਉੱਥੇ ਹੀ ਡਾਲ ਲੱਗੇ। ਨਹੀਂ, ਮੇਰੇ ਖਿਆਲ ਦੇ ਵਿੱਚ ਬਿਲਕੁਲ ਸਹੀ ਗੱਲ ਆ, ਮੈਂ ਇਸ ਗੱਲ ਦੇ ਵਿੱਚ ਤੁਹਾਡੇ ਨਾਲ ਬਿਲਕੁਲ ਸਹਿਮਤ ਆ। ਦੇਖੋ ਅਸੀਂ ਹੁਣ ਕਿੰਨੇ, ਵੇਖੋ ਆਪਣੀ ਦੁਰਘਟਨਾਵਾਂ ਹੀ ਹੁੰਦੀਆਂ, ਕਿੰਨੇ ਆਪਾਂ ਯੰਗਸਟਰ ਜਿਹੜੇ ਸਾਡੇ ਬੱਚੇ ਆ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਏ, ਜਾਨਾਂ ਗਈਆਂ ਨੇ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹੈਗੇ ਹਾਂ ਉਹਦੇ। ਹਾਂਜੀ ਅਸੀਂ ਨਵੇਂ ਬੰਦਿਆਂ ਨੂੰ ਟਰੱਕ ਦੇ ਦਿੰਦੇ ਹਾਂ, ਨਵੇਂ ਟਰੱਕ ਦੇ ਦਿੰਦੇ ਹਾਂ ਸਕੂਲਾਂ ਤੋਂ, ਜਿਨ੍ਹਾਂ ਤੋਂ ਬੱਚੇ ਸਾਡੇ ਆਏ ਆ ਪੜ੍ਹ ਕੇ, ਉਹ ਉਹਨਾਂ ਦੀ ਪ੍ਰੋਪਰ ਟ੍ਰੇਨਿੰਗ ਕੋਈ ਨਹੀਂ ਹੈਗੀ। ਹਾਂਜੀ, ਲਾਅ ਬੁੱਕ ਦਾ ਪਤਾ ਨਹੀਂ, ਸੇਫਟੀ ਦਾ ਤਾਂ ਜੀ ਬਿਲਕੁਲ ਜ਼ੀਰੋ ਆ ਨਾ। ਸੇਫਟੀ ਹੈ ਕੀ ਹੈ, ਸੇਫਟੀ ਦੀ ਸਾਨੂੰ ਡੈਫੀਨੇਸ਼ਨ ਹੀ ਨਹੀਂ ਪਤਾ। ਬਿਲਕੁਲ ਬੱਚੇ ਦੇਖੋ ਤੇ ਆਪਣੇ ਡਰਾਈਵਰ ਮੁੰਡੇ ਨਵੇਂ ਜਿਹੜੇ ਆ, ਉਹ ਵੀਡੀਓ ਬਣਾ ਰਹੇ, ਟਰੱਕ ਚਲਾ ਰਹੇ ਨੇ ਨਾਲ, ਹਨਾ। ਇਟਸ ਆਈ ਥਿੰਕ ਵੀ ਨੀਡ ਟੂ ਸਟਾਪ ਦੈਟ, ਵੀ ਨੀਡ ਟੂ ਗੈਟ ਸੀਰੀਅਸ, ਵੀ ਨੀਡ ਟੂ ਗੈਟ ਸੀਰੀਅਸ ਅਬਾਊਟ ਇਟ, ਹਨਾ। ਦੇਖੋ ਜੇ ਉਹ ਬੰਦਾ ਸੜਕ ਤੇ ਜਾ ਰਿਹਾ ਤੇ ਮੇਰੀ ਵੀ ਫੈਮਿਲੀ ਹੋ ਸਕਦਾ ਸੜਕ ਤੇ ਜਾ ਰਹੀ ਹੋ, ਤੁਹਾਡੀ ਵੀ ਹੋ ਸਕਦਾ ਜਾ ਰਹੀ ਹੋਵੇ, ਜਿਹੜਾ ਚਲਾ ਰਿਹਾ ਹੋ ਸਕਦਾ ਉਹਦੀ ਵੀ ਫੈਮਿਲੀ ਸੜਕ ਦੇ ਉੱਤੇ ਜਾ ਰਹੀ ਹੋਵੇ ਕਿਤੇ। ਤਾਂ ਸੋ ਕੋਈ ਉਹਦੇ ਨਾਲ ਦਾ ਉਦਾਂ ਚਲਾਉਂਦਾ ਹੋਵੇ ਦੂਜੇ ਬੰਨੇ। ਹਾਂਜੀ, ਸੋ ਸੇਫਟੀ ਜਿਹੜੀ ਆ ਨਾ, ਸੇਫਟੀ ਇਜ਼ ਦ ਮੋਸਟ ਇੰਪੋਰਟੈਂਟ ਜਿਹੜਾ ਟੋਪਿਕ ਹੈਗਾ ਸਾਡੀ ਟਰਕਿੰਗ ਇੰਡਸਟਰੀ ਦੇ ਵਿੱਚ। ਸੇਫਟੀ ਕੀ ਆ? ਬਿਲਕੁਲ, ਬਹੁਤ ਵਧੀਆ ਲੱਗਾ ਭਾਈ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਆਪਾਂ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਪ੍ਰੋਗਰਾਮ ਜਿਹੜੇ ਤੁਹਾਡੇ ਨਾਲ, ਹੋਰ ਵੀ ਟਾਈਮ ਜਿਹੜਾ ਕੱਢ ਕੇ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਿਆ ਕਰਾਂਗੇ, ਤੇ ਆਪਣੇ ਸਰੋਤਿਆਂ ਨੂੰ ਜਿੰਨਾ ਵੱਧ ਤੋਂ ਵੱਧ ਇਨਫੋਰਮੇਸ਼ਨ ਹੋ ਸਕਦੀ ਆ ਉਹ ਲੈ ਕੇ ਆਵਾਂਗੇ। ਤੇ ਜਿੱਦਾਂ ਕਿ ਆਪਾਂ ਆਫ ਏਅਰ ਵੀ ਗੱਲ ਕਰਦੇ ਸੀਗੇ ਕਿ ਕੋਸ਼ਿਸ਼ ਕਰੋ ਮੈਂਟਰ ਕਰਨ ਦੀ, ਕੋਸ਼ਿਸ਼ ਕਰੋ ਕਿਸੇ ਨਾ ਕਿਸੇ ਨੂੰ ਸਿਖਾਉਣ ਦੀ, ਕੋਸ਼ਿਸ਼ ਕਰੋ ਕਿਸੇ ਨਾ ਕਿਸੇ ਨੂੰ ਸਹੀ ਪਾਸੇ ਲਾਉਣ ਦੀ, ਕਿਉਂਕਿ ਇੱਕ ਇੱਕ ਕਰਕੇ ਹੀ ਜਿਹੜਾ ਆ ਉਹ ਪਰਿਵਾਰ ਵੱਧਦਾ ਆ। ਸੋ ਹਰ ਵੇਲੇ ਇਹੋ ਹੀ ਧਿਆਓ ਕਿ ਤੁਸੀਂ ਵਧੀਆ ਕੰਮ ਕਰਨਾ, ਕਿਸੇ ਨੂੰ ਵਧੀਆ ਸਿੱਖਿਆ ਦੇਣੀ ਆ, ਕਿਸੇ ਨੂੰ ਵਧੀਆ ਦਿਸ਼ਾ ਵੱਲ ਜਿਹੜਾ ਆ ਤੁਸੀਂ ਪੁਆਇੰਟ ਕਰਨਾ, ਤਾਂ ਕਿ ਅਗਲਾ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਕੰਮ ਕਰ ਸਕੇ। ਭਾਈ ਤੁਹਾਡੇ ਕੋਲ ਹਮੇਸ਼ਾ ਬਹੁਤ ਵਧੀਆ ਗੱਲਾਂ ਸਿੱਖਣ ਨੂੰ ਮਿਲਦੀਆਂ, ਸੁਣਨ ਨੂੰ ਮਿਲਦੀਆਂ, ਅਤੇ ਇੱਦਾਂ ਹੀ ਡੈਫੀਨੇਟਲੀ ਕੋਸ਼ਿਸ਼ ਕਰਿਆ ਕਰੋ ਵੀ ਵਧੀਆ ਕੰਮ ਕਰਨ ਦੀ, ਅਤੇ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਅਗਲੇ ਆਉਣ ਵਾਲੇ ਪ੍ਰੋਗਰਾਮਾਂ 'ਚ ਜਲਦੀ ਲੈ ਕੇ ਆਈਏ ਅਤੇ ਹੋਰ ਡਿਟੇਲ ਦੇ ਵਿੱਚ ਗੱਲ ਕਰੀਏ। ਅੱਜ ਦੇ ਪ੍ਰੋਗਰਾਮ 'ਤੇ ਤੁਹਾਡਾ ਆਉਣ ਦਾ ਭਾਜੀ ਬਹੁਤ ਬਹੁਤ ਥੈਂਕ ਯੂ। ਧੰਨਵਾਦ ਭਾਜੀ ਸਾਰਿਆਂ ਦਾ, ਲਿਸਨਰਸ ਦਾ, 360 ਦੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਤੇ ਤੁਸੀਂ ਜਦੋਂ ਮਰਜ਼ੀ ਵੀ ਆਪਣਾ ਕੋਈ ਕੁਐਸਚਨ ਹੋਵੇ ਰਮਨ ਭਾਈ ਨੂੰ ਪੁੱਛ ਸਕਦੇ ਨੇ, ਮੈਨੂੰ ਸਿੱਧਾ ਤੁਸੀਂ ਰੀਚ ਕਰ ਸਕਦੇ ਜੇ ਕਿਸੇ ਨੇ ਟਰੈਕਿੰਗ ਕੰਪਨੀ ਸਟਾਰਟ ਕਰਨੀ ਹੈ, ਕਿਸੇ ਨੇ ਲਾਇਸੈਂਸ ਲੈਣਾ ਹੈ, ਕੋਈ ਵੀ ਕੁਐਸਚਨ ਜਿਹੜਾ ਰਿਗਾਰਡਿੰਗ ਟਰੈਕਿੰਗ ਹੈਗਾ ਵਾ, ਜਿੱਥੇ ਵੀ ਆਪਾਂ ਹੈਲਪ ਕਰ ਸਕਦੇ ਹਾਂ ਆਪਾਂ ਕਮਿਊਨਿਟੀ ਵਾਸਤੇ 24/7 ਹਾਜ਼ਰ ਹਾਂ ਜੀ, ਸਾਰਿਆਂ ਨੂੰ ਐਬਸੋਲੂਟਲੀ ਸਤਿ ਭਾਜੀ, ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਾਂਜੀ, ਜੀ। ਸਤਿ ਸ਼੍ਰੀ ਅਕਾਲ ਜੀ।